ਜਲੰਧਰ ਜ਼ਿਮਨੀ ਚੋਣ ਦੇ ਵਿੱਚ ਸਰਕਾਰ ਦੀਆਂ ਮੁਸ਼ਕਲਾਤਾਂ ਵਧਣ ਜਾ ਰਹੀਆਂ ਨੇ। ਜਲੰਧਰ ਜ਼ਿਮਨੀ ਚੋਣ ਜਿਹੜੀ ਹੈ ਉਹ ਔਖੀ ਹੋਣ ਜਾ ਰਹੀ ਹੈ ਸਰਕਾਰ ਦੇ ਲਈ। ਕਿਵੇਂ ਕਿਉਂ ਗੱਲਬਾਤ ਇਸ ਤੇ ਕਰਾਂਗੇ ਤੇ ਜੋ ਕੁਝ ਉੱਥੇ ਵਾਪਰਨ ਜਾ ਰਿਹਾ ਕਿ ਉਸ ਦੇ ਵਾਪਰਨ ਤੋਂ ਬਾਅਦ ਕੀ ਆਮ ਆਦਮੀ ਪਾਰਟੀ ਜਲੰਧਰ ਜ਼ਿਮਨੀ ਚੋਣ ਸੌਖੇ ਤਰੀਕੇ ਨਾਲ ਜਾਂ ਵੈਸੇ ਜਿੱਤ ਸਕੇਗੀ ਜਾਂ ਨਹੀਂ, ਇਸ ਤੇ ਅਸੀਂ ਗੱਲਬਾਤ ਜਿਹੜੀ ਆ ਉਹ ਕਰਾਂਗੇ। ਮੁਸੀਬਤ ਕੀ ਆਉਣ ਜਾ ਰਹੀ ਹੈ ਉਸ ਤੇ ਅਸੀਂ ਗੱਲਬਾਤ ਵੀ ਕਰਨੀ ਹੈ। ਨਾਲ ਹੀ ਨਾਲ ਗੱਲਬਾਤ ਕਰਨੀ ਹੈ ਕਿ NSA ਜਿਹੜਾ ਉਹ ਹਟਣ ਜਾ ਰਿਹਾ। ਕਿਉਂ ਅਸੀਂ ਇਹ ਗੱਲ ਕਹਿ ਰਹੇ ਹਾਂ, ਇੱਕ ਐਡਵਾਇਜ਼ਰੀ ਬੋਰਡ ਬਣ ਗਿਆ, ਉਹਦੇ ਵਿੱਚ ਕੀ ਕੁਝ ਹੈ, ਕਿਹਦੇ ਕਿਹਦੇ ਤੇ NSA ਜਿਹੜਾ ਹਟਣ ਜਾ ਰਿਹਾ, ਗੱਲਬਾਤ ਇਸ ਤੇ ਜਿਹੜੀ ਕਰਨੀ ਹੈ। ਕਿਉਂਕਿ 10 ਬੰਦੇ ਹੋ ਗਏ ਨੇ ਜਿਨ੍ਹਾਂ ਦੇ ਉੱਪਰ NSA ਲੱਗਿਆ ਅੰਮ੍ਰਿਤਪਾਲ ਦੇ ਸਮੇਂ, ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ। ਤਾਂ ਅਗਲੀ ਖਬਰ ਜਿਹੜੀ ਹੈ ਉਹ ਲੈਣੀ ਹੈ ਕਿ ਨੈਸ਼ਨਲ ਪੱਧਰ ਤੇ ਕਾਂਗਰਸ ਤੇ ਦੂਜੀਆਂ ਵਿਰੋਧੀ ਪਾਰਟੀਆਂ ਜਿਹੜੀਆਂ ਰਲ ਕੇ ਘੇਰਨ ਦੀ ਵਿਉਂਤਬੰਦੀ ਕਰ ਰਹੀਆਂ ਨੇ ਸਰਕਾਰ ਨੂੰ, ਕੇਂਦਰ ਸਰਕਾਰ ਨੂੰ 2024 ਦੇ ਵਿੱਚ, ਕਿ ਉਹ ਸਫਲ ਰਹਿ ਸਕੇਗੀ ਜਾਂ ਨਹੀਂ, ਗੱਲਬਾਤ ਇਸ ਤੇ ਕਰਾਂਗੇ। ਤਾਂ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜ ਚੁੱਕੇ ਆ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦਾ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰੂੰਗਾ। ਅਣਖੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅਣਖੀ ਸਾਹਿਬ, ਸ਼ੁਰੂਆਤ ਜਿਹੜੀ ਹੈ ਨਾ ਆਪਾਂ ਉਹ ਜਲੰਧਰ ਜ਼ਿਮਨੀ ਚੋਣ ਤੋਂ ਹੀ ਕਰਦੇ ਹਾਂ। ਜਲੰਧਰ ਜ਼ਿਮਨੀ ਚੋਣ ਦੇ ਵਿੱਚ ਭਗਵੰਤ ਮਾਨ ਦੇ ਲਈ, ਉਹਨਾਂ ਦੀ ਸਰਕਾਰ ਦੇ ਲਈ, ਆਮ ਆਦਮੀ ਪਾਰਟੀ ਦੇ ਲਈ ਜਿਹੜੀ ਜਲੰਧਰ ਜ਼ਿਮਨੀ ਚੋਣ ਹੈ ਨਾ, ਉਹ ਵੈਸੇ ਤਾਂ ਮੁੱਛ ਦਾ ਵਾਲ ਬਣੀ ਹੋਈ ਹੈ, ਪਰ ਉਹ ਹੁਣ ਜਿਹੜੀ ਹੈ ਜਲੰਧਰ ਜ਼ਿਮਨੀ ਚੋਣ ਔਖੀ ਹੋਣ ਜਾ ਰਹੀ ਹੈ। ਕਿਉਂਕਿ ਇੱਕ ਲਤੀਫਪੁਰਾ ਜਿਹੜਾ ਕਾਂਡ ਉੱਥੇ ਹੋਇਆ ਸੀ, ਉਹਦੇ ਜਿਹੜੇ ਪੀੜਿਤ ਪਰਿਵਾਰ ਨੇ, ਉਹਨਾਂ ਨੇ ਰਣਨੀਤੀ ਬਣਾਉਣ ਦੇ ਲਈ ਇੱਕ ਮੀਟਿੰਗ ਸੱਦ ਲਈ ਹੈ, ਤੇ ਇਸ ਮੀਟਿੰਗ ਤੋਂ ਬਾਅਦ ਜਿਹੜੀ ਰਣਨੀਤੀ ਘੜੀ ਜਾਊਗੀ, ਕਿ ਉਸ ਤੋਂ ਬਾਅਦ ਲਤੀਫਪੁਰੇ ਵਾਲੇ ਜਿਹੜੇ ਲੋਕ ਨੇ, ਪੀੜਿਤ ਪਰਿਵਾਰ ਨੇ, ਉਹ ਜਿਹੜੇ ਹੈ ਆਮ ਆਦਮੀ ਪਾਰਟੀ ਦੀ ਜਲੰਧਰ ਦੇ ਵਿੱਚ ਮੁਸ਼ਕਲਾਤਾਂ ਵਧਾਉਣਗੇ। ਤਾਂ ਉੱਧਰ ਦੂਜੇ ਪਾਸੇ ਇੱਕ ਹੋਰ ਮੁਲਾਜ਼ਮ ਜਥੇਬੰਦੀ ਨੇ ਜਿਹੜਾ ਐਲਾਨ ਕਰ ਦਿੱਤਾ ਹੈ ਕਿ ਭਾਈ ਅਸੀਂ ਵੀ ਜਿਹੜਾ ਜਲੰਧਰ ਦੇ ਵਿੱਚ ਪ੍ਰਦਰਸ਼ਨ ਕਰਾਂਗੇ। ਤਾਂ ਜਿਵੇਂ ਪਹਿਲਾਂ ਹੋਇਆ ਸੀ ਗੁਜਰਾਤ ਦੇ ਵਿੱਚ ਜਾ ਕੇ ਜਾਂ ਹਿਮਾਚਲ ਦੇ ਵਿੱਚ ਜਾ ਕੇ ਪੰਜਾਬ ਦੇ ਕੁਝ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਖਿਲਾਫ਼ ਜਾ ਕੇ ਪ੍ਰਦਰਸ਼ਨ ਕੀਤਾ ਤੇ ਉੱਥੇ ਨੁਕਸਾਨ ਬੜਾ ਹੋਇਆ, ਕਿ ਇਸ ਸਭ ਦੇ ਨਾਲ, ਕਿਉਂਕਿ ਲਤੀਫਪੁਰਾ ਕਾਂਡ ਤੋਂ ਬਾਅਦ ਲਤੀਫਪੁਰਾ ਦੇ ਪੀੜਿਤ ਪਰਿਵਾਰਾਂ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਜਾਂ ਲੋਕਾਂ ਦੀ ਸਿੰਪਤੀ ਜਿਹੜੀ ਕਾਫੀ ਜਿਹੜੀ ਬਣੀ ਹੋਈ ਹੈ, ਤਾਂ ਕੀ ਲੱਗਦਾ ਹੈ ਕਿ ਲਤੀਫਪੁਰਾ ਕਾਂਡ ਦੇ ਪੀੜਿਤ ਪਰਿਵਾਰਾਂ ਤੋਂ ਬਾਅਦ, ਤਾਂ ਉੱਧਰ ਨਾਲ ਹੀ ਨਾਲ ਜਿਹੜੀ ਮੁਲਾਜ਼ਮ ਜਥੇਬੰਦੀ ਦੇ ਵੱਲੋਂ ਐਲਾਨ ਕੀਤਾ ਗਿਆ, ਉਹਨਾਂ ਦੇ ਐਲਾਨ ਤੋਂ ਬਾਅਦ ਕਿੰਨੀ ਕੀ ਮੁਸ਼ਕਲ ਜਿਹੜੀ ਹੋਣ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਚੋਣ? ਕਿਤੇ ਜਿੱਤ ਦੇ ਵਿੱਚ ਰੋੜਾ ਤਾਂ ਨਹੀਂ ਬਣ ਗਈਆਂ ਇਹ ਘਟਨਾਵਾਂ? ਸੁਖਵਿੰਦਰ ਜੀ, ਆਮ ਤੌਰ ਤੇ ਜਦੋਂ ਚੋਣਾਂ ਹੁੰਦੀਆਂ ਨੇ, ਚਾਹੇ ਉਹ ਜ਼ਿਮਨੀ ਚੋਣ ਹੋਵੇ ਤੇ ਚਾਹੇ ਉਹ ਆਮ ਚੋਣਾਂ ਹੋਣ, ਉਸ ਸਮੇਂ ਦੇ ਵਿੱਚ ਜਿਹੜੀਆਂ ਬੀਤੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਮੁਲਾਜ਼ਮ ਜਥੇਬੰਦੀਆਂ ਜਾਂ ਹੋਰ ਸਮਾਜਿਕ ਕੋਈ ਵੀ ਜਥੇਬੰਦੀਆਂ ਜਿਹੜੀਆਂ ਨੇ, ਉਹ ਸੜਕਾਂ ਤੇ ਜ਼ਰੂਰ ਉਤਰਦੀਆਂ ਤੇ ਸਰਕਾਰ ਦੇ ਖਿਲਾਫ ਆਪਣੇ ਗੁੱਸੇ ਦਾ ਪ੍ਰਗਟਾਵਾ ਉਹ ਜ਼ਰੂਰ ਕਰਦੀਆਂ ਜਦੋਂ ਚੋਣਾਂ ਹੁੰਦੀਆਂ ਨੇ। ਤੁਸੀਂ 2022 ਦੀ ਚੋਣ ਵੇਖ ਲਓ, 2022 ਦੀ ਚੋਣ ਹੋਣ ਤੋਂ ਪਹਿਲਾਂ ਜਦੋਂ ਚੋਣਾਂ ਦਾ ਐਲਾਨ ਹੋ ਗਿਆ, ਤਾਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸਾਰਾ ਪੰਜਾਬ ਵੀ ਸੜਕਾਂ ਤੇ ਉੱਤਰ ਆਇਆ, ਝੰਨੀ ਸਰਕਾਰ ਦੇ ਖਿਲਾਫ਼ ਇਹ ਹੋ ਗਿਆ ਉਹ ਹੋ ਗਿਆ। ਤਾਂ ਇਹ ਇੱਕ ਰੁਟੀਨ ਹੈਗੀ ਹੈ, ਰੁਟੀਨ ਦੇ ਵਿੱਚ ਲੋਕ ਖਾਸ ਤੌਰ ਤੇ ਜ਼ਿਮਨੀ ਚੋਣਾਂ ਹੋਣ ਚਾਹੇ ਦੂਜੀਆਂ ਚੋਣਾਂ ਹੋਣ, ਸਰਕਾਰ ਤੋਂ ਨਿਰਾਸ਼ ਜਥੇਬੰਦੀਆਂ ਸੜਕਾਂ ਤੇ ਜ਼ਰੂਰ ਉਤਰਦੀਆਂ। ਤੇ ਬਾਕੀ ਸੁਖਵਿੰਦਰ ਜੀ, ਪੰਜਾਬ ਤੇ ਬਣੀ ਨਿਰਾਸ਼ ਲੋਕਾਂ ਦਾ ਖੜਾ ਗਿਆ ਆ। ਹਰ ਦੂਜੇ ਚੌਥੇ ਦਿਨ ਤੁਸੀਂ ਵੇਖੋਗੇ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਕਿਤੇ ਰੇਲਵੇ ਟਰੈਕ ਕਿਤੇ ਜਾਮ ਕਰ ਦਿੰਦੀ, ਕਿਤੇ ਕਹਿ ਦਿੰਦੀ। ਇਹ ਲੋਕਾਂ ਨੂੰ ਹੁਣ ਉਹ ਇਹੋ ਜਿਹੀ ਕੋਈ ਚੀਜ਼ ਜਿਹੜੀ ਦਾ ਕੋਈ ਖਾਸ ਪ੍ਰਭਾਵਿਤ ਕਰਦੀ ਨਹੀਂ। ਪਰ ਖੈਰ, ਤੁਹਾਡਾ ਇਹ ਜਿਹੜਾ ਪ੍ਰਸ਼ਨ ਆ, ਇਹ ਜਲੰਧਰ ਦੀ ਜ਼ਿਮਨੀ ਚੋਣ ਦੇ ਸੰਬੰਧ ਵਿੱਚ ਹੈਗਾ। ਇੱਕ ਤੁਸੀਂ ਲਤੀਫਪੁਰ ਵਾਲੀ ਘਟਨਾ ਨੂੰ ਬਿਆਨ ਕੀਤਾ, ਲਤੀਫਪੁਰ ਦੀ ਘਟਨਾ ਆ ਬੜੀ ਉਹਨਾਂ ਦਿਨਾਂ 'ਚ ਚਰਚਾ 'ਚ ਛਾਈ ਰਹੀ, ਜਿੱਥੇ ਉਜਾੜਾ ਕਰ ਦਿੱਤਾ ਗਿਆ, ਬੀਤੇ 70 ਸਾਲਾਂ ਤੋਂ ਵਾਸਤੇ ਲੋਕਾਂ ਦੇ ਜਿਹੜੇ ਰਹਿਣ ਬਸੇਰੇ ਸੀ ਉਹ ਢਾ ਦਿੱਤੇ ਗਏ। ਸਰਕਾਰ ਦਾ ਆਪਣਾ ਤਰਕ ਸੀ ਕਿ ਇਹ ਹਾਈਕੋਰਟ ਦੇ ਹੁਕਮਾਂ ਦੇ ਤਹਿਤ ਸਭ ਕੁਝ ਹੋਇਆ। ਖੈਰ, ਉਹ ਮਸਲਾ ਰਾਜਨੀਤਿਕ ਰੰਗ ਵੀ ਫੜਿਆ ਉਸਨੇ, ਪਰ ਉਹ ਲੋਕ ਜਿਹੜੇ ਰਹਿਣ ਬਸੇਰੇ ਜਿਨ੍ਹਾਂ ਦੇ ਢਾਏ ਸੀ ਉਹਨਾਂ ਨੂੰ ਅਜੇ ਤੱਕ ਘਰ ਸੁਖਵਿੰਦਰ ਜੀ ਨਹੀਂ ਮਿਲੇ, ਉਹਨਾਂ ਦੇ ਰਹਿਣ ਬਸੇਰੇ ਅਜੇ ਤੱਕ ਮੁੜ ਨਹੀਂ ਉਸਰੇ। ਰਾਜਨੀਤੀ ਉਸ ਮੁੱਦੇ ਤੇ ਹੋਈ ਜ਼ਰੂਰ, ਵੱਖ ਵੱਖ ਪਾਰਟੀਆਂ ਨੇ ਕੀਤੀ, ਤੇ ਉਹ ਵਿਚਾਰੇ ਅਜੇ ਵੀ ਜਿਹੜੇ ਭੁੱਖ ਹੜਤਾਲ ਤੇ ਜਿਹੜੇ ਕੁਝ ਪਰਿਵਾਰ ਨੇ ਉਹ ਬੈਠੇ ਨੇ। ਹੁਣ ਜਲੰਧਰ ਦੀ ਜ਼ਿਮਨੀ ਚੋਣ ਜਿਹੜੀ ਸਿਰ ਤੇ ਆ ਗਈ, ਤਾਂ ਉਸ ਜ਼ਿਮਨੀ ਚੋਣ ਨੂੰ ਲੈ ਕੇ ਉਹਨਾਂ ਲਤੀਫਪੁਰ ਦੇ ਵਾਸੀਆਂ ਨੇ ਵੀ ਆਪਣੇ ਉਸ ਸੰਘਰਸ਼ ਨੂੰ ਤੱਖਾ ਕਰਨ ਵਾਸਤੇ ਵਿਸ਼ੇਸ਼ ਰਣਨੀਤੀ ਬਣਾਉਣ ਦਾ ਜਿਹੜਾ ਫੈਸਲਾ ਜਿਹੜਾ ਉਹ ਕੀਤਾ ਹੈਗਾ। ਵੇਖੋ ਸੁਖਵਿੰਦਰ ਜੀ, ਜਿਸ ਬੰਦੇ ਨੂੰ ਦੁੱਖ ਆ ਉਹਨੇ ਤਾਂ ਸੜਕਾਂ ਤੇ ਉਤਰਨਾ,
उसने तो अपना रोना रोना, चाहे सरकार हो चाहे विरोधी धिर। पर दूजे पासे सुखविंदर जी प्रश्न यह पैदा होंदा कि उन्हां लोकां दे इस दर्द नूं ई वाकया ही दर्द समझे जा सकता जां समझा जाएगा, जां इह वी केवल ते राजनीतिक पार्टी इन्हां नूं एक बतौर हथ कंडे दे रूप च वरतेगी। ਇਹ ਇੱਕ ਮੈਂ ਤਾਂ ਕਰਕੇ ਕਹਿ ਰਿਹਾ ਕਿਉਂਕਿ ਲਤੀਫਪੁਰੇ ਦੀ ਘਟਨਾ ਦੇ ਉੱਤੇ ਬਹੁਤ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ। ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਤਰਕ ਇਹ ਸੀ ਕਿ ਇਹ ਬੀਤੇ ਸਮੇਂ ਦੀਆਂ ਸਰਕਾਰਾਂ ਜਾਂ ਹਾਈਕੋਰਟ ਦੇ ਹੁਕਮਾਂ ਦੀ ਗੱਲ ਸੀ। ਇਸ ਕਰਕੇ ਸੁਖਵਿੰਦਰ ਜੀ ਜਿਹੜੀ ਹੁਣ ਉਹਨਾਂ ਨੇ ਆਮ ਆਦਮੀ ਮਾਫ਼ ਕਰਦਾ ਲਤੀਫਪੁਰੇ ਦੇ ਵਾਸੀਆਂ ਨੇ ਜਿਹੜੀ ਸੰਘਰਸ਼ ਕਮੇਟੀ ਜਿਹੜੀ ਸੀ ਉਹਨਾਂ ਨੇ ਜਿਹੜੀ ਭੁੱਖ ਹੜਤਾਲ ਤੇ ਬੈਠੀ ਹੈ 9 ਦਸੰਬਰ ਤੋਂ ਜਿਹੜੀ ਉਹ ਬੈਠੀ ਹੈ, ਤਾਂ ਹੁਣ ਉਹਨਾਂ ਨੇ ਇਹਦੇ ਸੰਬੰਧੀ ਇੱਕ ਵਿਸ਼ੇਸ਼ ਰਣਨੀਤੀ ਬਣਾਉਣ ਦਾ ਐਲਾਨ ਜਿਹੜਾ ਕੀਤਾ। ਤੁਹਾਡੇ ਪ੍ਰਸ਼ਨ ਦਾ ਜਵਾਬ ਮੈਂ ਬਾਅਦ ਚ ਦਿੰਦਾ, ਜਿਹੜਾ ਤੁਸੀਂ ਕਿਹਾ ਕਿ ਪ੍ਰਭਾਵ ਫਰਕ ਪਏਗਾ ਨਹੀਂ ਪਏਗਾ। ਦੂਜੇ ਬੰਨੇ ਕੱਲ ਹੁਣ ਇਹ ਵੀ ਪਤਾ ਲੱਗਾ ਕਿ ਜਿਹੜੇ ਪੰਜਾਬ ਰੋਡਵੇ ਦੇ ਜਿਹੜੇ ਕਾਮੇ ਨੇ ਰੋਡਵੇ ਰੋਡਵੇਜ਼ ਦੇ ਕੰਟਰੈਕਟ ਦੇ ਅਧੀਨ ਜਿਹੜੇ ਕੰਮ ਕਰ ਰਹੇ ਬੀਤੇ ਲੰਮੇ ਸਮੇਂ ਤੋਂ, ਉਹਨਾਂ ਨੇ ਵੀ ਕਿਹਾ ਕਿ 26 ਨੂੰ ਅਸੀਂ ਚੱਕਾ ਜਾਮ ਜਿਹੜਾ ਜਲੰਧਰ ਦੇ ਵਿੱਚ ਕਰਾਂਗੇ ਆਪਣੀਆਂ ਬੱਗਾਂ ਨੂੰ ਲੈ ਕੇ। ਸੁਖਵਿੰਦਰ ਜੀ ਦੂਜੇ ਪਾਸੇ ਜੇਕਰ ਇਹ ਗੱਲ ਕਰੀਏ ਇਹਨਾਂ ਕਨੈਕਟਰਸ ਦੀ, ਪੰਜਾਬ ਰੋਡਵੇ ਦੇ ਮੁਲਾਜ਼ਮਾਂ ਦੀ, ਇਹ ਵੀ ਬੀਤੇ ਲੰਮੇ ਸਮੇਂ ਤੋਂ ਚੰਨੀ ਸਰਕਾਰ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਨਿਰੰਤਰ ਸੰਘਰਸ਼ ਦੇ ਵਿੱਚ ਨੇ। ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਇੰਨੀ ਗੱਲ ਕਹੀ ਕਿ ਤੁਹਾਡੀਆਂ ਮੰਗਾਂ ਅਸੀਂ ਪੂਰੀਆਂ ਕਰਾਂਗੇ, ਤੁਹਾਡੀ ਸੇਵਾਵਾਂ ਜਿਹੜੀਆਂ ਨਿਯਮਿਤ ਕਰਦੀਆਂ ਜਾਣਗੀਆਂ, ਰੈਗੂਲਰ ਕਰ ਦਿੱਤੀਆਂ ਜਾਣਗੀਆਂ। ਪਰ ਅਜੇ ਤੱਕ ਹੁੰਦਾ ਨਹੀਂ, ਜਦੋਂ ਵੀ ਉਹ ਸੰਘਰਸ਼ ਤੇ ਉਤਰਦੇ ਨੇ ਉਹਨਾਂ ਨੂੰ ਗੱਲੀ ਬਾਤੀ ਪਹੁੰਚਾ ਦਿੱਤਾ ਜਾਂਦਾ ਜਾਂ ਉਹਨਾਂ ਦੀ ਤਨਖਾਹ 'ਚ ਵਾਧਾ ਕਰ ਦਿੱਤਾ ਜਾਂਦਾ ਤਾਂ ਉਹ ਬੰਦੇ ਘਰ ਬੈਠ ਜਾਂਦੇ। ਹੁਣ ਉਹਨਾਂ ਨੇ ਵੀ ਉਸ ਜਥੇਬੰਦੀ ਨੇ ਵੀ ਕਿਹਾ ਕਿ ਠੀਕ ਆ ਕਿ ਆਪਾਂ ਚੱਕਾ ਜਾਮ ਕਰਕੇ ਸਰਕਾਰ ਤੇ ਜਿਹੜੇ ਕੰਨ ਨੇ ਉਹਨਾਂ 'ਤੇ ਆਪਣੀ ਆਵਾਜ਼ ਜਿਹੜੀ ਪਹੁੰਚਾਉਣੀ ਹੈ। ਹੁਣ ਪ੍ਰਸ਼ਨ ਸੀ ਤੁਹਾਡਾ ਕਿ ਇਹਨਾਂ ਦਾ ਪ੍ਰਭਾਵ ਕੀ ਪਏਗਾ। ਸੁਖਵਿੰਦਰ ਜੀ ਜਿਹੜਾ ਪ੍ਰਭਾਵ ਸਿੱਧੇ ਰੂਪ ਦੇ ਵਿੱਚ ਕਹੀਏ ਕੋਈ ਓਨਾ ਜ਼ਿਆਦਾ ਪੈਂਦਾ ਦਿਖਾਈ ਜਿਹੜਾ ਉਹ ਦਿੰਦਾ ਨਹੀਂ, ਕਿਉਂਕਿ ਇਸ ਵੇਲੇ ਜੇਕਰ ਮੈਂ ਜਲੰਧਰ ਦੀ ਜਿਮਨੀ ਚੋਣ ਨੂੰ ਬਹੁਤ ਨਜ਼ਦੀਕੀ ਨੇੜੇ ਤੋਂ ਵੇਖ ਰਿਹਾ, ਲਤੀਫਪੁਰੇ ਦੀ ਘਟਨਾ ਜਿਹੜੀ ਆ, ਵਿਰੋਧੀ ਪਾਰਟੀਆਂ ਇਸ ਮੁੱਦੇ ਨੂੰ ਮੁੱਦਾ ਬਣਾ ਸਕਦੀਆਂ ਸਨ, ਖਾਸ ਤੌਰ 'ਤੇ ਕਾਂਗਰਸ ਪਾਰਟੀ ਮੁੱਦਾ ਬਣਾ ਸਕਦੀ ਸੀ ਇਸ ਮੁੱਦੇ ਨੂੰ ਬਹੁਤ ਵੱਡਾ। ਪਰ ਇਸ ਵੇਲੇ ਕਾਂਗਰਸ ਪਾਰਟੀ ਜਿਸ ਤਰੀਕੇ ਨਾਲ ਉੱਥੇ ਚੋਣ ਲੜਦੀ ਪਈ ਆ, ਉੱਥੇ ਇਹ ਲਤੀਫਪੁਰੇ ਵਾਲੀ ਘਟਨਾ ਸੁਖਵਿੰਦਰ ਜੀ ਬੜੀ ਸਾਈਟ 'ਤੇ ਹੋ ਗਈ। ਹਾਂ ਇਹ ਗੱਲ ਜ਼ਰੂਰ ਹੈਗੀ ਆ ਕਿ ਇਹ ਗੱਲ ਸੁਖਵਿੰਦਰ ਜੀ ਜ਼ਰੂਰ ਹੈਗੀ ਆ ਕਿ ਲਤੀਫਪੁਰੇ ਦੇ ਵਾਸੀਆਂ ਦਾ ਗੁੱਸਾ ਜ਼ਰੂਰ ਜਿਹੜਾ ਉਹਨੂੰ ਆਮ ਆਦਮੀ ਪਾਰਟੀ ਨੂੰ ਥੋੜੇ ਪੱਧਰ ਤੇ ਸਹਿਣਾ ਪੈ ਸਕਦਾ, ਪਰ ਇਹਦੇ ਨਾਲ ਹੀ ਜਿਹੜਾ ਸੁਸ਼ੀਲ ਰਿੰਕੂ ਆ ਕਾਂਗਰਸ ਦੇ ਸੀਨੀਅਰ ਲੀਡਰ ਦੇ ਨਾਲ ਗੱਲ ਹੋਈ, ਕਹਿੰਦੇ ਮੈਂ ਪੁੱਛਿਆ, ਮੈਂ ਕਿਹਾ ਜੀ ਇੱਥੇ ਤੁਹਾਡੇ ਜਲੰਧਰ ਦੇ ਵਿੱਚ ਕਿੱਡੀ ਕੁ ਵੱਡੀ ਜਿਹੜਾ ਇਹ ਮੁੱਦਾ ਬਣਨ ਜਾ ਰਿਹਾ ਲਤੀਫਪੁਰਾ। ਕਾਂਗਰਸੀ ਵਿਰੋਧੀ ਧਿਰ ਖੁਦ ਮੰਨਣ ਨੂੰ ਤਿਆਰ ਨਹੀਂ ਕਿ ਬਹੁਤਾ ਵੱਡਾ ਮੁੱਦਾ ਹੋਊਗਾ, ਤਾਂ ਫਿਰ ਜਿਹਨਾਂ ਨੇ ਵੱਡਾ ਮੁੱਦਾ ਬਣਾਉਣਾ ਸੀ ਜਦ ਉਹੀ ਨਹੀਂ ਬਣਾ ਰਹੇ ਤਾਂ ਬਿਲਕੁਲ ਤੁਹਾਡੀ ਗੱਲ ਠੀਕ। ਸੁਖਵਿੰਦਰ ਜੀ ਕਾਰਨ ਇਹੋ ਹੀ ਹੈ ਨਾ ਕਿ ਉੱਥੇ ਕਾਂਗਰਸ ਦੀ ਜਿਹੜੀ ਡਫਲੀ ਆ ਉਹ ਅਲੱਗ ਅਲੱਗ ਵਜਾ ਰਹੇ। ਚਲੋ ਆਪਾਂ ਉਸ ਮੁੱਦੇ ਨੂੰ ਆਪਾਂ ਨਾ ਹੀ ਕਰੀਏ, ਤਾਂ ਦੂਜੇ ਪਾਸੇ ਸੁਸ਼ੀਲ ਰਿੰਕੂ ਦਾ ਉਸ ਏਰੀਏ ਦੇ ਵਿੱਚ ਲਤੀਫਪੁਰੇ ਦੀ ਘਟਨਾ ਦੇ ਵਿੱਚ ਕਾਫੀ ਅਸੀਂ ਉਸ ਇਲਾਕੇ 'ਚ ਕਾਫੀ ਜਿਹੜਾ ਪ੍ਰਭਾਵ ਹੈਗਾ। ਸੋ ਇਸ ਕਰਕੇ ਮੇਰਾ ਨਹੀਂ ਖਿਆਲ ਕਿ ਇਹ ਜਿਹੜਾ ਮੁੱਦਾ ਕੋਈ ਉੱਥੇ ਜਿੰਨੀ ਚੋਣਾਂ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਤੋਂ ਜਾਂ ਉਹਨਾਂ ਦੇ ਉਮੀਦਵਾਰ ਤੋਂ ਕੋਈ ਗੁੱਸਾ ਜਿਹੜਾ ਨੁਕਸਾਨ ਜਿਹੜਾ ਪਹੁੰਚਾ ਸਕੇ। ਦੂਸਰੀ ਜਿਹੜੀ ਗੱਲ ਜਿਸ ਤਰੀਕੇ ਨਾਲ ਤੁਸੀਂ ਕੀਤੀ ਕਿ ਕਾਂਗਰਸ ਦੇ ਲੀਡਰ ਹੀ ਇਸ ਗੱਲ ਨੂੰ ਮੰਨਣ ਨੂੰ ਤਿਆਰ ਕਿ ਏਡਾ ਵੱਡਾ ਪ੍ਰਭਾਵ ਇਹ ਘਟਨਾ ਨਹੀਂ ਦੇ ਸਕਦੀ, ਸੁਖਵਿੰਦਰ ਜੀ ਤੁਸੀਂ ਕਾਂਗਰਸ ਦੀ ਗੱਲ ਛੱਡ ਦਿਓ, ਸਰਦਾਰ ਸੁਖਬੀਰ ਸਿੰਘ ਬਾਦਲ ਹੋਣੀ ਆ, ਸ਼੍ਰੋਮਣੀ ਅਕਾਲੀ ਦਲ ਦੇ, ਭਾਜਪਾ ਦੇ, ਅੱਛਾ ਉਹਨਾਂ ਲੋਕਾਂ ਦੀ ਜਿਹੜੀ ਸੁਰਤਾਲ ਹੀ ਹੋਰ ਤਰੀਕੇ ਦੀ ਆ, ਉਹ ਕੇਂਦਰ ਦੀਆਂ ਨੀਤੀਆਂ ਦੀ ਗੱਲ ਕਰ ਰਹੇ ਆ, ਸ਼੍ਰੋਮਣੀ ਅਕਾਲੀ ਦਲ ਕਿਸੇ ਹੋਰ ਮੁੱਦੇ ਦੀ ਚੋਣ ਲੜਦਾ ਪਿਆ। ਮੇਰਾ ਕਹਿਣ ਦਾ ਅਰਥ ਸੁਖਵਿੰਦਰ ਜੀ ਇਹ ਸੀ ਕਿ ਤੁਸੀਂ ਉਹਨਾਂ ਲੋਕਾਂ ਦੇ ਦਰਦ ਨੂੰ ਦਰਦ ਸਿਰਫ ਉਦੋਂ ਤੱਕ ਹੀ ਸਮਝਿਆ ਜੇਕਰ ਇਸ ਮੁੱਦੇ ਨੂੰ ਵਾਕਿਆ ਹੀ ਕੋਈ ਵਿਰੋਧੀ ਧਿਰ ਅਖਾੜ ਉਭਾਰ ਸਕਦੀ ਤਾਂ ਐਨ ਮੌਕੇ ਤੇ ਉਹਨਾਂ ਲੋਕਾਂ ਨੂੰ ਫਾਇਦਾ ਜਿਹੜਾ ਜ਼ਰੂਰ ਕੁਝ ਨਾ ਕੁਝ ਪਹੁੰਚ ਸਕਦਾ, ਸਰਕਾਰ ਨੂੰ ਨੁਕਸਾਨ ਹੁੰਦਾ ਭਾਵੇਂ ਨਾ ਹੁੰਦਾ ਪਰ ਉਹਨਾਂ ਲੋਕਾਂ ਦੀ ਜ਼ਰੂਰ ਸੁਣੀ ਜਾਣੀ ਚਾਹੀਦੀ ਸੀ। ਪਰ ਜਿਹੜਾ ਵਿਚਲਾ ਸਰਕਾਰ ਦਾ ਜਿਹੜਾ ਤਰਕ ਜਿਹੜਾ ਦਿੱਤਾ ਜਾਂਦਾ ਜੀ ਕਿ ਹਾਈਕੋਰਟ ਦੇ ਹੁਕਮਾਂ ਦੀ ਸ਼ਹਿਤ ਹੋਇਆ ਤੇ ਦੂਜਾ ਉਸ ਏਰੀਏ ਦੇ ਵਿੱਚ ਜਿਹੜੇ ਦੋ ਪ੍ਰਾਪਰਟੀ ਡੀਲਰ ਸਨ ਸੁਖਵਿੰਦਰ ਜੀ ਜਿਹੜੀ ਜਿਨ੍ਹਾਂ ਦੇ ਤਹਿਤ ਜਿਨ੍ਹਾਂ ਨੇ ਬਹੁਤ ਕੁਝ ਨਜਾਇਜ਼ ਕਬਜ਼ਾ ਜਿਹੜਾ ਉੱਤੇ ਸੀ ਉਹਨਾਂ ਦੀਆਂ ਤਾਰਾਂ ਸੁਖਵਿੰਦਰ ਜੀ ਕਿਤੇ ਨਾ ਕਿਤੇ ਉਸ ਸਮੇਂ ਦੇ ਕਾਂਗਰਸ ਦੇ ਜਿਹੜੇ ਬੜੇ ਵੱਡੇ ਸਿਰ ਨੇਤਾ ਨੇ ਉਹਨਾਂ ਨਾਲ ਜਾ ਜੁੜਦੀਆਂ ਨੇ, ਜਿਸ ਕਰਕੇ ਕਾਂਗਰਸ ਵੀ ਇਸ ਮੁੱਦੇ ਤੇ ਪੂਰਨ ਤੌਰ ਤੇ ਜਿਹੜੀ ਚੁੱਪ ਹੈਗੀ ਆ। ਸੋ ਕਹਿਣ ਦਾ ਅਰਥ ਇਹ ਆ ਕਿ ਇਸ ਨੂੰ ਸਮ ਅਪ ਮੈਂ ਕਰਾਂ, ਲਤੀਫਪੁਰੇ ਦੀ ਘਟਨਾ ਠੀਕ ਹੈ ਲਤੀਫਪੁਰ ਦੇ ਵਾਸੀਆਂ ਵਾਸਤੇ ਇੱਕ ਬਹੁਤ ਵੱਡਾ ਕਹਿਰ ਸੀ ਜਿਹੜੀ ਉਹਨਾਂ ਤੇ ਵਾਪਰੀ, ਪਰ ਉਸ ਕਹਿਰ ਦਾ ਨਾ ਤਾਂ ਸੁਰਤਾਲ ਸੁਖਵਿੰਦਰ ਜੀ ਕਾਂਗਰਸ ਪਾਰਟੀ ਜਾਂ ਹੋਰ ਪਾਰਟੀਆਂ ਨੇ ਲਈ ਨਾ ਆਮ ਆਦਮੀ ਪਾਰਟੀ ਨਹੀਂ, ਹਾਲਾਂਕਿ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਫਲੈਟ ਬਣਾ ਕੇ ਤੁਹਾਨੂੰ ਦੇ ਦਾਂਗੇ, ਇਹ ਦੇ ਦਾਂਗੇ, ਉਹ ਦੇ ਦਾਂਗੇ, ਪਰ ਉਹੋ ਜਿਹੀ ਗੱਲ ਹੋਈ ਨਹੀਂ। ਬਾਕੀ ਉਹਨਾਂ ਨੇ ਆਪਣੀ ਭੁੱਖ ਹੜਤਾਲ ਕੀਤੀ ਆ, ਉਹ ਹੁਣ ਵੇਖੋ ਕਿ ਉਹ ਅਗਲੇ ਦਿਨਾਂ ਦੇ ਵਿੱਚ ਉਹਨਾਂ ਦੀ ਸੁਣੀ ਜਾਂਦੀ ਹੈ ਜਾਂ ਨਹੀਂ ਸੁਣੀ ਜਾਂਦੀ। ਬਾਕੀ ਮੈਂ ਜਿਸ ਤਰੀਕੇ ਨਾਲ ਤੁਹਾਡੇ ਸਵਾਲ ਦੇ ਜਵਾਬ ਸ਼ੁਰੂ 'ਚ ਹੀ ਕਿਹਾ ਸੀ ਕਿ ਜਦੋਂ ਜਿਮਨੀ ਚੋਣਾਂ ਹੁੰਦੀਆਂ ਨੇ ਵੱਖ ਵੱਖ ਮੁਲਾਜ਼ਮ
ਅੰਤਿਮ ਜਥੇਬੰਦੀਆਂ ਜ਼ਰੂਰ ਸੜਕਾਂ 'ਤੇ ਉਤਰਦੀਆਂ ਨੇ, ਉਹ ਹੀ ਹੁਣ ਕੱਲ੍ਹ ਪੰਜਾਬ ਰੋਡਵੇਜ਼ ਦੇ ਕਾਮੇ ਉਤਰਨਗੇ। ਇਹ ਵੀ ਪਤਾ ਲੱਗਾ ਕਿ 4 ਮਈ ਨੂੰ ਮਨਿਸਟਰੀਅਲ ਸਟਾਫ ਜਿਹੜਾ 1 ਦਿਨ ਦੀ ਸਟ੍ਰਾਈਕ 'ਤੇ ਵੀ ਜਾ ਰਿਹਾ। ਇਹੋ ਜਿਹੀਆਂ ਗੱਲਾਂ ਬਾਤਾਂ ਸੁਖਵਿੰਦਰ ਜੀ ਚੋਣਾਂ ਦੇ ਸਮੇਂ ਆਮ ਹੁੰਦੀਆਂ ਨੇ, ਹੁੰਦੀਆਂ ਰਹਿਣਗੀਆਂ ਨੇ। ਬਾਕੀ ਜਿਹੜਾ ਅਸਲ ਕੰਮ ਹੈ, ਅਸਲ ਤਾਂ ਸੁਖਵਿੰਦਰ ਜੀ ਗੱਲ ਇਹ ਆ ਕਿ ਕੋਈ ਵੀ ਪਾਰਟੀ ਸਾਮ ਦਾਮ ਡੰਡ ਬੇਬ ਦੀ ਨੀਤੀ ਤੋਂ ਬਿਨਾਂ ਚੋਣਾਂ ਨਹੀਂ ਜੇ ਲੜਦੀ, ਉਹ ਚਾਹੇ ਆਮ ਆਦਮੀ ਪਾਰਟੀ ਹੋਵੇ ਤੇ ਚਾਹੇ ਉਹ ਕਾਂਗਰਸ ਹੋਵੇ ਤੇ ਚਾਹੇ ਅਕਾਲੀ ਦਲ ਹੋਵੇ। ਚਲੋ ਅਗਲੀ ਖਬਰ ਅੰਖੀ ਸਾਹਿਬ ਆਪਾਂ ਕਰ ਲੈਂਦੇ ਹਾਂ ਕਿ ਅਗਲੀ ਖਬਰ ਬੜੀ ਅਹਿਮ ਹੈ ਕਿ ਪਤਾ ਲੱਗਿਆ ਹੈ ਕਿ ਐਡਵਾਈਜ਼ਰੀ ਬੋਰਡ ਬੁਲਾਇਆ ਗਿਆ ਕਿ NSA ਹਟਾਉਣ ਦੀ ਤਿਆਰੀ ਹੈ, ਤੇ ਜੇ ਹਟਾਉਣ ਦੀ ਵਾਕਈ ਤਿਆਰੀ ਹੈਗੀ ਹੈ, ਜੇ ਅਜਿਹੀ ਕੋਈ ਗੱਲ ਹੈਗੀ ਹੈ ਕਿ ਅੰਮ੍ਰਿਤਪਾਲ ਦੇ ਸਣੇ ਜਿਹੜੇ 10 ਵਿਅਕਤੀ ਜਿਹੜੇ ਬੰਦ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ NSA ਦੇ ਤਹਿਤ, ਕੀ ਸਾਰਿਆਂ ਤੋਂ NSA ਹਟਾਇਆ ਜਾ ਰਿਹਾ, ਹਟਾਇਆ ਜਾ ਵੀ ਰਿਹਾ ਜਾਂ ਨਹੀਂ ਹਟਾਇਆ ਜਾ ਰਿਹਾ, ਗੱਲਬਾਤ ਇਸ ਤੇ ਆਪਾਂ ਕਰਨੀ ਆ। ਸਾਡੇ ਦਰਸ਼ਕਾਂ ਨੂੰ ਜਿਹੜੀ ਆ ਜਾਣਕਾਰੀ ਦਿਓ, ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ NSA ਹਟਾਇਆ ਜਾ ਸਕਦਾ। ਸੁਖਵਿੰਦਰ ਜੀ, ਜਦੋਂ ਦਾ ਅੰਮ੍ਰਿਤਪਾਲ ਕਾਂਡ ਜਿਹੜਾ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ 8-2 ਪਿੱਪਲਪ੍ਰੀਤ ਤੇ ਅੰਮ੍ਰਿਤਪਾਲ 10 ਬੰਦਿਆਂ ਦੇ ਉੱਤੇ NSA ਜਿਹੜਾ ਉਹ ਲੱਗ ਚੁੱਕਾ ਤੇ ਉਹਨਾਂ ਨੂੰ ਪੰਜਾਬ ਤੋਂ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਭੇਜਿਆ ਜਾ ਚੁੱਕਾ ਹੈ। ਤਾਂ ਉਸ ਤੋਂ ਮਗਰੋਂ ਜਦੋਂ ਰੌਲਾ ਪੈਂਦਾ, ਰੌਲੇ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਸਰਕਾਰ ਬਾਜੇ ਕੇ ਵਰਗੇ ਬੰਦੇ ਜਿਹੜੇ ਮੰਦ ਬੁੱਧੀ ਨੇ ਜਾਂ ਇਹੋ ਜਿਹੇ ਬੰਦੇ ਨੇ, ਜਾਂ ਬੜਾ ਬੜਾ ਲੋਕਾਂ ਦਾ ਤਰਕ ਸੀ ਕਿ ਇਹਨਾਂ ਦੇ ਖਿਲਾਫ਼ NSA ਜਿਹੜਾ ਲਗਾ ਦਿੱਤਾ ਗਿਆ, ਤੇ ਸਿੱਖ ਹਲਕਿਆਂ ਦੇ ਵਿੱਚ ਇਸ ਗੱਲ ਦਾ ਰੋਸ ਵੀ ਜਿਹੜਾ ਉਹ ਕੁਝ ਪਾਇਆ ਗਿਆ ਕਿ ਇਹ ਬਹੁਤ ਸਖ਼ਤ ਕਾਰਵਾਈ ਸੀ, ਜਦੋਂ ਆਮ ਤੌਰ ਤੇ ਹੁੰਦਾ ਹੀ ਹੈ ਚਾਹੇ ਰਾਜਨੀਤਿਕ ਪਾਰਟੀਆਂ ਹੋਣ ਚਾਹੇ ਦੂਜੀਆਂ ਹੋਣ। ਖੈਰ ਤਾਂ ਪੰਜਾਬ ਸਰਕਾਰ ਵੱਲੋਂ ਇੱਕ ਐਡਵਾਈਜ਼ਰੀ ਬੋਰਡ ਜਿਹੜਾ ਸੁਖਵਿੰਦਰ ਜੀ ਬਣਾਇਆ ਗਿਆ, ਜਿਹੜਾ ਇਸ ਸਾਰੇ ਮਸਲੇ ਦੀ ਜਿਸਨੇ ਰਿਵਿਊ ਜਿਹੜਾ ਉਹ ਕਰਦਾ ਹੈਗਾ। ਹੁਣ ਤੁਹਾਡਾ ਪ੍ਰਸ਼ਨ ਸੀ ਕਿ NSA ਹਟਾਇਆ ਜਾ ਸਕਦਾ, ਇਸ ਦੀ ਗੱਲ ਆਪਾਂ ਬਾਅਦ 'ਚ ਕਰਦੇ ਹਾਂ। ਕੱਲ ਜਿਹੜਾ ਬੀਤੇ ਦਿਨ ਐਡਵਾਈਜ਼ਰੀ ਬੋਰਡ ਜਿਹੜਾ ਬਣਿਆ, ਉਸ ਦੇ ਚੇਅਰਮੈਨ ਵੱਲੋਂ ਚਿੱਠੀ ਲਿਖ ਕੇ ਜਿਹੜੇ 2 ਅਹਿਮ ਬੰਦੇ ਨੇ ਉਹਨਾਂ ਨੂੰ ਅੱਜ ਪੇਸ਼ ਹੋਣ ਵਾਸਤੇ ਆਖਿਆ ਗਿਆ, ਜਿਹੜੇ ਅੱਜ ਮੁਹਾਲੀ ਵਿਖੇ ਪੇਸ਼ ਹੋਣਗੇ, ਉਹ ਕਿਹੜੇ ਬੰਦੇ ਨੇ? ਤਿਕਤਾ ਅੰਮ੍ਰਿਤਸਰ ਦੇ DM ਸਾਹਿਬ ਨੇ, ਜਿਹਨਾਂ ਦੇ ਆਧਾਰ ਤੇ NSA ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ, ਤੇ ਦੂਜੇ ਪੁਲਿਸ ਦੇ ਉਹ ਅਧਿਕਾਰੀ ਹੁੰਦੇ ਨੇ CP ਕਮਿਸ਼ਨਰ ਜਾਂ SSP ਜਿਹਨਾਂ ਨੇ ਇਸ ਗੱਲ ਦੀ ਤਾਇਦ ਕਰਦਾ ਹੁੰਦਾ ਕਿ ਹਾਂ ਭਾਈ ਇਸ ਵਿਅਕਤੀ ਤੋਂ ਹਾਲਾਤ ਜਿਹੜੇ ਇਹੋ ਜਿਹੇ ਖਰਾਬ ਸਨ। ਤਾਂ ਇਹ ਉਹਨਾਂ 2 ਬੰਦਿਆਂ ਨੂੰ ਉੱਥੇ ਅੱਜ ਸੱਦਿਆ ਗਿਆ ਹੈ, ਉੱਥੇ ਜਾ ਕੇ ਇਹ ਪੁੱਛਿਆ ਜਾਵੇਗਾ ਕਿ ਹਾਂ ਭਾਈ ਦੱਸੋ ਕਿ ਕਿਸ ਆਧਾਰ ਤੇ ਜਿਹੜੀ NSA ਲਾਉਣ ਦੀ ਤੁਸੀਂ ਸਿਫਾਰਿਸ਼ ਕੀਤੀ, ਉਸ ਦਾ ਰਿਵਿਊ ਜਿਹੜਾ ਉਹ ਜ਼ਰੂਰ ਮੰਗਿਆ ਕੀਤਾ ਜਾਏਗਾ, ਉਹ ਆਪਣੇ ਡਾਕੂਮੈਂਟਸ ਜਾਂ ਕਾਗਜ਼ ਕੂਗਜ਼ ਜੋ ਵੀ ਹਨ ਉਹ ਲੈ ਕੇ ਜਾਣਗੇ, ਜਿਨ੍ਹਾਂ ਦੇ ਆਧਾਰ ਤੇ NSA ਮੌਜੂਦਾ ਸਮੇਂ 'ਚ ਲਗਾਇਆ ਗਿਆ। ਹੁਣ ਸੁਖਵਿੰਦਰ ਜੀ, ਪ੍ਰਸ਼ਨ ਤੁਹਾਡਾ ਇਹ ਸੀ ਕਿ 8 ਬੰਦਿਆਂ ਤੋਂ NSA ਹਟਾਇਆ ਜਾ ਰਿਹਾ, ਉਹ ਕਿਹੜੇ 8 ਬੰਦੇ ਨੇ? 19 ਤਰੀਕ ਨੂੰ ਸੁਖਵਿੰਦਰ ਜੀ ਪਤਾ ਲੱਗਾ ਕਿ ਪੰਜਾਬ ਦੇ ਜਿਹੜੇ ਕੁਝ ਅਧਿਕਾਰੀ ਨੇ, ਪੁਲਿਸ ਅਧਿਕਾਰੀ ਜਾਂ ਪੁਲਿਸ ਪ੍ਰਸ਼ਾਸਨ ਦੇ, ਉਹ ਜਾ ਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਿੱਜੀ ਪੱਧਰ ਤੇ, ਮੈਂ ਕਹਿ ਰਿਹਾ ਨਿੱਜੀ ਪੱਧਰ ਤੇ ਜਾ ਕੇ ਇਹ 8 ਬੰਦਿਆਂ ਨੂੰ ਉਹ ਮਿਲਦੇ ਆ, ਉਹਨਾਂ ਨਾਲ ਗੱਲਬਾਤ ਕਰਦੇ ਆ, ਜਿਨ੍ਹਾਂ ਦੇ ਵਿੱਚ ਹਰਜੀਤ ਸਿੰਘ ਹੈ ਜਿਹੜਾ ਚਾਚਾ ਹੈ ਅੰਮ੍ਰਿਤਪਾਲ ਸਿੰਘ ਦਾ, ਦੂਜੇ ਬੰਨੇ ਗੁਰਮੀਤ ਸਿੰਘ ਬੁੱਕਣਵਾਲ ਹੈ, ਤੀਸਰੇ ਬੰਨੇ ਬਸੰਤ ਸਿੰਘ ਹੈ, ਚੌਥਾ ਕੁਲਵੰਤ ਸਿੰਘ ਰਾਓਕੇ ਹੈ, ਭਗਵੰਤ ਸਿੰਘ ਬਾਜੇ ਕੇ ਹੈ, ਤੇ ਦਲਬੀਰ ਕਲਸੀ ਹੈ, ਇੱਕ ਅੱਧੇ ਦਾ ਨਾਮ ਸ਼ਾਇਦ ਮੈਨੂੰ ਭੁੱਲ ਗਿਆ। ਸ਼ਾਇਦ 8 ਬੰਦਿਆਂ ਨਾਲ ਮੁਲਾਕਾਤ ਜਿਹੜੀ ਸੁਖਵਿੰਦਰ ਜੀ ਉੱਥੇ ਕੀਤੀ ਜਾਂਦੀ, ਪਿੱਪਲਪ੍ਰੀਤ ਨਾਲ ਨਹੀਂ ਕੀਤੀ ਜਾਂਦੀ, ਤੇ ਅੰਮ੍ਰਿਤਪਾਲ ਉਸ ਤੋਂ ਬਾਅਦ ਜਾਂਦਾ ਜਿੱਥੋਂ ਬਾਅਦ। ਹੁਣ ਉਸ ਮੀਟਿੰਗ ਦੇ ਵਿੱਚ ਗੱਲਬਾਤ ਜ਼ਰੂਰ ਪੁੱਛੀ ਜਾਂਦੀ ਕਿ ਗੱਲਬਾਤ ਜੋ, ਹਾਲਾਂਕਿ ਉਹ ਵੇਰਵੇ ਜਨਤਕ ਨਹੀਂ ਹੋਏ, ਪਰ ਇਹ ਪਤਾ ਲੱਗਾ ਕਿ ਉਹਨਾਂ ਨੇ ਜਾ ਕੇ ਗੱਲਬਾਤ ਕੀਤੀ, ਗੱਲਬਾਤ ਕਰਕੇ ਉਹਨਾਂ ਨੂੰ ਪੁੱਛਗਿੱਛ ਜਿਹੜੀ ਵੀ ਹੋਈ, ਕਿਉਂਕਿ ਸੁਖਵਿੰਦਰ ਜੀ ਆਮ ਜਦੋਂ ਇਹ ਲੱਗਾ ਤਾਂ ਬੜਾ ਰੌਲਾ ਪਿਆ, ਤੇ ਲੋਕਾਂ ਨੇ ਇਹ ਵੀ ਗੱਲ ਕਹੀ ਕਿ ਜੇ ਬਾਜੇ ਕੇ ਵਰਗੇ ਬੰਦਿਆਂ ਤੇ ਐਨ ਦੇਸ਼ ਨੂੰ ਖਤਰਾ ਹੋ ਸਕਦਾ ਤਾਂ ਫਿਰ ਇਸ ਤੋਂ ਵੱਡੀ ਹੋਰ ਨਲਾਇਕੀ ਕੀ ਹੋ ਸਕਦੀ ਆ, ਕਿਉਂਕਿ ਜਿਸ ਤਰੀਕੇ ਦਾ ਉਹਦਾ ਵਿਹਾਰ ਦਰਸਾਉਂਦਾ। ਹੁਣ ਅੱਜ ਐਡਵਾਈਜ਼ਰੀ ਬੋਰਡ ਵੱਲੋਂ ਇਹ ਸਾਰੇ ਪਾਸੇ ਨੂੰ ਧਿਆਨ ਵਿੱਚ ਰੱਖਦੇ ਆ ਇਸ ਦੀ ਪਹਿਲੀ ਮੀਟਿੰਗ ਜਿਹੜੀ ਜਿਹਨਾਂ ਬੰਦੇ ਨੇ ਲਾਇਆ ਉਹਨਾਂ ਨੂੰ ਸੱਦਿਆ ਗਿਆ। ਦੂਜੇ ਪਾਸੇ ਸੁਖਵਿੰਦਰ ਜੀ, ਇਹਦੇ ਸਿਆਸੀ ਮਾਇਨੇ ਇਹ ਕੱਢੇ ਜਾ ਰਿਹਾ ਕਿ ਜਲੰਧਰ ਦੀ ਜਿਮਨੀ ਚੋਣ ਆ ਤੇ ਸਿੱਖ ਹਲਕਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪ੍ਰਤੀ ਕਾਫੀ ਜਿਹੜਾ ਥੋੜਾ ਬਹੁਤਾ ਗੁੱਸਾ ਜ਼ਰੂਰ ਹੈਗਾ ਕਿ ਇਹ ਜ਼ਿਆਦਾ ਸਖ਼ਤ ਕਾਰਵਾਈ ਹੈਗੀ ਆ। ਹਾਲਾਂਕਿ ਹੈ ਕਿ ਨਹੀਂ ਹੈ ਇਹ ਆਮ ਤੌਰ ਤੇ ਇੱਕ ਧਾਰਨਾ ਜਿਹੜੀ ਬਣ ਗਈ ਆ, ਕਿਉਂਕਿ ਜਦੋਂ ਅੰਮ੍ਰਿਤਪਾਲ ਸਿੰਘ ਸੜਕਾਂ ਤੇ ਨਿਕਲਦਾ ਸੀ ਤਾਂ ਉਸ ਵਕਤ ਇਹੋ ਵਿਰੋਧੀ ਧਿਰਾਂ ਸਰਕਾਰ ਨੂੰ ਰਡਾਰ ਤੇ ਲੈਂਦੇ ਕਿ ਸਰਕਾਰ ਦੇ ਪੱਲੇ ਕੱਖ ਨਹੀਂ, ਸਰਕਾਰ ਕੱਖ ਨਹੀਂ ਰਹੀ, ਜੇ ਹੈ ਉਹ ਹੈ, ਇਸ ਤਰੀਕੇ ਦੀਆਂ ਗੱਲਾਂ ਚੱਲਦੀਆਂ ਸਨ। ਤਾਂ ਸੋ ਇਹ ਸਰਕਾਰ ਦੀ ਜਿਹੜੀ ਇਹ ਕਾਰਵਾਈ ਆ, ਇਸ ਕਾਰਵਾਈ ਨੂੰ ਬੇਸ਼ੱਕ ਦੱਬੇ ਸੁਰ ਵਿੱਚ ਤਾਂ ਸਾਰਿਆਂ ਨੇ ਸਪਸ਼ਟ ਮਤਲਬ ਇਸ ਦੱਬੇ ਸੁਰ ਚ ਕਹਿ ਰਿਹਾ ਕਿ ਆਲੋਚਨਾ ਕੀਤੀ ਹੈ, ਪਰ ਪ੍ਰਤੱਖ ਤੌਰ ਤੇ ਕਿਸੇ ਨੇ ਵੀ ਆਣ ਕੇ ਇਹਦੀ ਸਰਕਾਰ ਦੀ ਇਸ ਕਾਰਵਾਈ ਨੂੰ ਗਲਤ ਜਿਹੜਾ ਉਹ ਨਹੀਂ ਕਿਹਾ, ਇਹ ਗੱਲ ਵੇਖੀ ਜਾਵੇ। ਠੀਕ ਆ, ਸਰਕਾਰ ਕਹਿੰਦੀ ਕਿ ਸਰਕਾਰ ਨੇ ਇਹ ਕੀਤਾ ਤਾਂ ਵਿਰੋਧੀ ਸੁਰਾਂ
ਲੋਕਾਂ ਦੇ ਆਧਾਰ ਤੇ ਜਾਂ ਲੋਕਾਂ ਦੇ ਵਿੱਚ ਥਾਂ ਦੱਬੀ ਸੁਰ ਚ ਤਾਂ ਜ਼ਰੂਰ ਆਲੋਚਨਾ ਕਰਦੇ, ਪਰ ਪ੍ਰਤੱਖ ਤੌਰ ਤੇ ਅਜੇ ਤੱਕ ਕਿਸੇ ਪਾਰਟੀ ਨੇ ਆਣ ਕੇ ਇਹੋ ਜਿਹਾ ਕੋਈ ਸਟੈਂਡ ਲੈਣ ਦੀ ਨਜ਼ਰ ਨਹੀਂ ਆਈ। ਹਾਲਾਂਕਿ ਸਾਰਿਆਂ ਨੇ ਇਸ ਗੱਲ ਦੀ ਪੁੜਤ ਜਿਹੜੀ ਕੀਤੀ ਹੈਗੀ ਹੈ। ਹੁਣ ਉਸ ਸਥਿਤੀ ਦੇ ਵਿੱਚ ਜਿਹੜਾ ਐਡਵਾਈਜ਼ਰੀ ਬੋਰਡ ਆ, ਅੱਜ ਇਹ ਰਿਵਿਊ ਕਰੇਗਾ ਕਿ ਹਾਂ ਭਾਈ ਕੀ ਇਹਨਾਂ ਬੰਦਿਆਂ ਤੇ NSA ਲਾਇਆ ਜਾ ਸਕਦਾ ਜਾਂ ਹਟਾਇਆ ਜਾ ਸਕਦਾ, ਕਿ ਇਹਨਾਂ ਦੀਆਂ ਕਾਰਵਾਈਆਂ ਵਾਕਿਆ ਹੀ ਦੇਸ਼ ਵਾਸਤੇ ਇੰਨਾ ਗੰਭੀਰ ਖਤਰਾ ਸਨ ਕਿ ਜਿਹੜਾ ਇਹਨਾਂ ਨੂੰ 1 ਸਾਲ ਵਾਸਤੇ ਬਿਨਾਂ ਕਿਸੇ ਕਾਨੂੰਨੀ ਸਹਾਇਤਾ ਤੋਂ ਬਿਨਾਂ ਦਿੱਤਾ ਸੀ ਅੰਦਰ ਡੱਕ ਦਿੱਤਾ ਜਾਂ ਡੱਕਣ ਦੀ ਸਿਫਾਰਿਸ਼ ਜਿਹੜੀ ਕੀਤੀ ਗਈ ਹੈ। ਅੱਜ ਐਡਵਾਈਜ਼ਰੀ ਬੋਰਡ ਦੇ ਅੱਗੇ ਜਿਹੜੇ ਇਹ ਪੇਸ਼ ਹੋਣ ਵਾਲੇ ਅਧਿਕਾਰੀ ਹੋਣਗੇ, ਉਹਨਾਂ ਤੱਥਾਂ ਨੂੰ ਉਹਨਾਂ ਸਬੂਤਾਂ ਨੂੰ ਲੈ ਕੇ ਜ਼ਰੂਰ ਪੇਸ਼ ਹੋਣਗੇ। ਸਰਕਾਰ ਸੁਖਵਿੰਦਰ ਜੀ ਇਹ ਚਾਹੁੰਦੀ ਜਿਸ ਤਰੀਕੇ ਦਾ ਇਸ ਵੇਲੇ ਮਾਹੌਲ ਬਣਿਆ ਜਾਂ ਜਿਸ ਤਰੀਕੇ ਦਾ ਦਬਾਅ ਜਿਹੜਾ ਸਰਕਾਰ ਤੇ ਬਣਿਆ ਉਸ ਅੰਤਰਗਤ, ਖਾਸ ਤੌਰ ਤੇ ਜਲੰਧਰ ਦੀ ਜ਼ਮੀਨ ਚੋਣ ਨੂੰ ਲੈ ਕੇ, ਤਾਂ ਸਰਕਾਰ ਇਹ ਜ਼ਰੂਰ ਚਾਹੁੰਦੀ ਹੋਵੇਗੀ, ਹੈ ਨਹੀਂ ਚਾਹੁੰਦੀ ਹੋਵੇਗੀ ਕਿ ਇਹੋ ਜਿਹਾ ਰਿਵਿਊ ਕਰਕੇ ਜਿਹੜੇ 2-4 ਬੰਦੇ ਨੇ ਉਹਨਾਂ ਤੋਂ NSA ਹਟਾ ਲਿਆ ਜਾਵੇ। ਹਾਲਾਂਕਿ ਇਹ ਚਰਚਾਵਾਂ ਨੇ, ਮੈਂ ਇਸ ਗੱਲ ਦੀ ਪੁਸ਼ਟੀ ਆਪਾਂ ਨਹੀਂ ਕਰਦੇ ਕਿ ਹਟਾ ਲਿਆ ਜਾਵੇ, ਚਰਚਾਵਾਂ ਨੇ ਕਿ 8 ਵਿਅਕਤੀਆਂ ਦੇ ਖਿਲਾਫ ਜਿਹੜਾ NSA ਹਟਾਇਆ ਜਾ ਸਕਦਾ ਹੈਗਾ। ਪਰ ਦੂਜੇ ਪਾਸੇ ਸੁਖਵਿੰਦਰ ਜੀ ਇਹ ਵੀ ਇੱਕ ਪ੍ਰਸ਼ਨ ਜਿਹੜਾ ਬੜਾ ਮਹੱਤਵਪੂਰਨ ਆ, ਕਿਉਂਕਿ ਉਹਨਾਂ ਵਿਅਕਤੀਆਂ ਨੂੰ ਜਿਹਨਾਂ ਉੱਤੇ NSA ਲੱਗਾ, ਜਿਸ ਤਰੀਕੇ ਨਾਲ ਆ ਗੱਲ ਹੋਈ ਸੀ ਕਿ ਪੰਜਾਬ ਪੁਲਿਸ ਦੀ ਟੀਮ ਜਾ ਕੇ ਸਿੱਧੀ ਗੱਲਬਾਤ ਕਰੂਗੀ, ਉਹਨਾਂ ਦੀ ਪੁੱਛਗਿੱਛ ਕਰ ਸਕਦੀ ਆ, ਇਹ ਵੀ ਇੱਕ ਅਸੀਂ ਕਹਿ ਸਕਦੇ ਪ੍ਰਸ਼ਨ ਜਿਹੜਾ ਬੜਾ ਚਰਚਾਵਾਂ ਤਾਂ ਵਿੱਚ ਆ ਕਿ ਜਿਹੜੇ NSA ਅਧੀਨ ਜਿਹੜੇ ਬਜ਼ਦਮ ਫੜੇ ਜਾਂਦੇ ਆ, ਕਿ ਉਹਨਾਂ ਤੋਂ ਅਦਾਲਤੀ ਮਨਜ਼ੂਰੀ ਤੋਂ ਬਿਨਾਂ ਕੋਈ ਬੰਦਾ ਜਾ ਕੇ ਪੁੱਛਗਿੱਛ ਕਰ ਸਕਦਾ ਜਾਂ ਨਹੀਂ ਕਰ ਸਕਦਾ? ਇਹ ਵੀ ਇੱਕ ਗੱਲ ਹੈ ਹੀ ਅੰਕਿਤ ਸਾਹਿਬ, ਅੰਕਿਤ ਸਾਹਿਬ ਇਹ ਤੇ ਗੱਲ ਹੈ ਹੀ ਆ, ਜਦੋਂ ਕੋਈ ਪੁੱਛਗਿੱਛ ਕੀਤੀ ਜਾਊਗੀ ਤਾਂ ਅਦਾਲਤ ਦੀ ਮਨਜ਼ੂਰੀ ਦੇ ਨਾਲ ਹੀ ਕੀਤੀ ਜਾਊਗੀ, ਇਸ ਦੇ ਵਿੱਚ ਤਾਂ ਕੋਈ ਦੋਰਾਏ ਹੈ ਨਹੀਂ, ਕਿਉਂਕਿ ਕਈ ਵਾਰੀ ਕਰ ਲੈਂਦੇ ਆ। ਪਰ ਮੈਨੂੰ ਲੱਗਦਾ ਕਿ ਹੁਣ ਜਿਹੜੀ ਇਹਦੇ ਵਿੱਚ NSA ਦੇ ਤਹਿਤ ਅਫਸਰ ਵੀ ਜਾਣਦੇ ਹੀ ਆ ਸਾਰਾ ਕੁਝ, ਜੇ ਪੁੱਛਗਿੱਛ ਕਰਨਗੇ ਤਾਂ ਮੈਨੂੰ ਲੱਗਦਾ ਕਿ ਉਹ ਇਹਦੇ ਤਹਿਤ ਹੀ ਕਰਨਗੇ, ਸਰਕਾਰ ਦੀ ਮਾਫ ਕਰਨਾ ਅਦਾਲਤ ਦੀ ਮਨਜ਼ੂਰੀ ਤੋਂ ਬਾਅਦ ਹੀ ਕਰਨਗੇ। ਚਲੋ ਤੁਸੀਂ ਆਹ ਵਿਸ਼ੇ ਤੇ ਜਾਣਕਾਰੀ ਦਿੱਤੀ ਹੈ। ਇੱਕ ਜੀ ਮੈਂ ਸੁਖਵਿੰਦਰ ਜੀ ਉਹੀ ਲੱਗਾ ਸਕਦਾ ਕਿ ਸਰਕਾਰ ਇਸ ਵੇਲੇ ਇਹ ਚਾਹੁੰਦੀ ਹੈ ਕਿ ਜਿਹੜੇ ਇਹ 8 ਵਿਅਕਤੀ ਹਨ ਇਹਨਾਂ ਦੇ ਵਿੱਚੋਂ ਜ਼ਰੂਰ ਕੁਝ ਨੂੰ NSA ਹਟਾ ਕੇ ਅਤੇ ਅਸੀਂ ਇੱਕ ਸਾਫ਼ ਚਿਹਰੇ ਦੇ ਨਾਲ ਜਲੰਧਰ ਦੀ ਜਿਮਨੀ ਚੋਣ 'ਚ ਜਾਇਆ ਜਾਵੇ, ਤਾਂ ਜੋ ਲੋਕਾਂ ਦੇ ਵਿੱਚ ਇਹ ਪ੍ਰਭਾਵ ਜਾਵੇ ਕਿ ਅਸੀਂ ਇਨਸਾਫ਼ ਪਸੰਦ ਲੋਕ ਹੈਗੇ ਹਾਂ। ਪਰ ਸੁਖਵਿੰਦਰ ਜੀ ਇੰਨੀ ਛੇਤੀ ਇਹ ਹੋ ਨਹੀਂ ਸਕਦਾ, ਇਹ ਵੀ ਗੱਲ ਨਾਲ ਹੈਗੀ ਕਿਉਂਕਿ ਅੱਜ ਇਹ ਪਹਿਲੀ ਮੀਟਿੰਗ ਆ, ਪਹਿਲੀ ਮੀਟਿੰਗ 'ਚ ਤਾਂ ਸਰਕਾਰ ਐਡਵਾਈਜ਼ਰੀ ਬੋਰਡ ਇਹ ਫੈਸਲਾ ਦੇਣ ਨਹੀਂ ਲੱਗਾ ਕਿ ਹਾਂ ਭਾਈ NSA ਹਟਾ ਲਓ। ਬਾਕੀ ਇਸ ਐਡਵਾਈਜ਼ਰੀ ਬੋਰਡ ਦੀਆਂ ਗਤੀਵਿਧੀਆਂ 'ਤੇ ਸੁਖਵਿੰਦਰ ਜੀ ਨਜ਼ਰ ਜਿਹੜੀ ਜ਼ਰੂਰ ਜਿਹੜੀ ਬਣੀ ਰਹੇਗੀ। ਹੋ ਸਕਦਾ ਕਿ ਅਗਲੇ 1-2 ਦਿਨਾਂ ਦੇ ਵਿੱਚ ਵੀ ਐਡਵਾਈਜ਼ਰੀ ਬੋਰਡ ਅਜਿਹੀਆਂ ਮੀਟਿੰਗਾਂ ਕਰਕੇ ਸੰਬੰਧਿਤ ਅਧਿਕਾਰੀਆਂ ਕੋਲੋਂ ਜਾਣਕਾਰੀ ਲੈ ਕੇ ਇਸ ਸੰਬੰਧੀ ਕੋਈ ਅਹਿਮ ਫੈਸਲਾ ਕਰ ਸਕੇ। ਜੀ ਬਿਲਕੁਲ। ਉਧਰ ਕੱਲ ਮੋਰਿੰਡਾ ਦੇ ਵਿੱਚ ਜਿਹੜੀ ਇੱਕ ਬੇਅਦਬੀ ਦੀ ਘਟਨਾ ਵਾਪਰੀ ਹੈ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ, ਤਾਂ ਉਹ ਸੰਬੰਧੀ ਉਹ ਵਿਅਕਤੀ ਤਾਂ ਫੜ ਲਿਆ ਗਿਆ, ਮੌਕੇ ਤੇ ਹੀ ਫੜ ਲਿਆ ਗਿਆ, ਲੋਕਾਂ ਨੇ ਕਾਫੀ ਕੁੱਟਮਾਰ ਵੀ ਉਹਦੀ ਕੀਤੀ ਆ, ਔਰ ਲੋਕ ਉਸ ਤੋਂ ਬਾਅਦ ਕਾਫੀ ਬੇਹੱਦ ਜਿਹੜਾ ਉਹ ਗੁੱਸੇ ਦੇ ਵਿੱਚ ਅਣਖ ਸਾਹਿਬ ਹੈਗੇ ਆ। ਹੋਣਾ ਵੀ ਚਾਹੀਦਾ ਕਿਉਂਕਿ ਅਜਿਹੀਆਂ ਘਟਨਾਵਾਂ ਜਿਹੜੀਆਂ ਬਹੁਤ ਹੀ ਨਿੰਦਣਯੋਗ ਨੇ, ਔਰ ਇਹੋ ਜਿਹੀਆਂ ਘਟਨਾਵਾਂ ਹੋਣੀਆਂ ਨਹੀਂ ਚਾਹੀਦੀਆਂ, ਔਰ ਇਹੋ ਜਿਹੇ ਲੋਕਾਂ ਨੂੰ ਮਿਸਾਲੀ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ, ਤਾਂ ਜੋ ਅੱਗੋਂ ਤੋਂ ਇਹੋ ਜਿਹਾ ਕੋਈ ਘਿਨਾਉਣਾ ਕੰਮ ਕਰਨ ਦੀ ਜਿਹੜੀ ਆ ਕੋਈ ਜੁਰਤ ਨਾ ਕਰ ਸਕੇ। ਪਰ ਦੂਜੇ ਪਾਸੇ ਅਣਖੀ ਸਾਹਿਬ ਇੱਕ ਇਹ ਵੀ ਹੈ ਕਿ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਜਿਹੜੇ ਇਹ ਬੇਅਦਬੀ ਦੇ ਰੋਸ ਦੇ ਵਜੋਂ ਪ੍ਰਦਰਸ਼ਨ ਕਰ ਰਹੇ ਲੋਕ ਸੀਗੇ, ਉਹਨਾਂ ਦੇ ਵੱਲੋਂ ਉਸ ਦੋਸ਼ੀ ਵਿਅਕਤੀ ਦੇ ਘਰ ਦੇ ਵਿੱਚ ਜਾ ਕੇ ਜਿਹੜੀ ਆ ਉਹ ਤੋੜ ਫੋੜ ਕੀਤੀ ਗਈ ਹੈ, ਸਾਰਾ ਸਮਾਨ ਜਿਹੜਾ ਘਰ ਦੇ ਵਿੱਚੋਂ ਭੰਨ ਦਿੱਤਾ ਗਿਆ, ਹਾਲਾਂਕਿ ਪਰਿਵਾਰ ਜਿਹੜਾ ਉਹ ਪਹਿਲਾਂ ਹੀ ਭੱਜ ਚੁੱਕਾ ਸੀ। ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿ ਇਸ ਵਾਲੇ ਪਾਸੇ ਨੂੰ ਵੀ ਗੱਲ ਜਾਣੀ ਚਾਹੀਦੀ ਹੈ ਜਾਂ ਜਾਣੀ ਚਾਹੀਦੀ ਸੀ, ਜਾਂ ਫਿਰ ਕਿਵੇਂ ਦੇਖਦੇ ਹੋ ਕਿ ਲੋਕਾਂ ਦਾ ਗੁੱਸਾ ਹੀ ਇੰਨਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕਿਸੇ ਸਿੱਖ ਦੇ ਵਾਸਤੇ ਜਿਹੜਾ, ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਥਾ ਰੱਖਣ ਵਾਲੇ ਕਿਸੇ ਬੰਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੁਛ ਚੀਜ਼ ਹੁੰਦੀ ਨਹੀਂ। ਪਰ ਫਿਰ ਵੀ ਜੇ ਆਪਾਂ ਦੇਖੀਏ ਕਿ ਇਸ ਚੀਜ਼ ਦੀ ਜ਼ਰੂਰਤ ਸੀ। ਸੁਖਵਿੰਦਰ ਜੀ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰੀਕੇ ਨਾਲ ਉਹ ਫੋਟੋ ਜਾਂ ਵੀਡੀਓ ਵਾਇਰਲ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ, ਉਹ ਵਾਕਈ ਬਹੁਤ ਵਿਚਲਿਤ ਕਰ ਦੇਣ ਵਾਲਾ ਸੀ। ਜਿਸ ਤਰੀਕੇ ਨਾਲ ਉਹ ਬੰਦਾ ਜਸਵੀਰ ਜਿਹੜਾ ਪਾਠੀ ਸਿੰਘਾਂ ਨਾਲ ਮਾਰਕੁੱਟ ਕਰ ਰਿਹਾ, ਤਾਂ ਉਸ ਤੋਂ ਬਾਅਦ ਕੁਦਰਤੀ ਤੌਰ ਤੇ ਸੁਖਵਿੰਦਰ ਜੀ ਲੋਕਾਂ ਦਾ ਗੁੱਸਾ ਭੜਕਣਾ ਸੁਭਾਵਿਕ ਆ। ਅਜੇ ਤੱਕ 2015 ਦੇ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਪੰਜਾਬ ਦੇ ਲੋਕ ਸੁਖਵਿੰਦਰ ਜੀ ਭੁੱਲੇ ਨਹੀਂ, ਤਾਂ ਉਸ ਬੇਅਦਬੀ ਨਾਲ ਸੰਬੰਧਿਤ ਜ਼ਿੰਮੇਵਾਰ ਪਰਿਵਾਰ ਨੂੰ ਲੋਕਾਂ ਨੇ ਅੱਜ ਤੱਕ ਸੁਖਵਿੰਦਰ ਜੀ ਮਾਫ਼ ਨਹੀਂ ਕੀਤਾ। ਸਮੇਂ ਸਮੇਂ ਤੇ ਉਹਨੂੰ ਸਜ਼ਾ ਦਿੰਦੇ ਨੇ ਆਪੋ ਆਪਣੇ ਤਰੀਕਿਆਂ ਦੇ ਨਾਲ। ਉਸ ਤੋਂ ਬਾਅਦ ਇਹ ਘਟਨਾਵਾਂ ਸੁਖਵਿੰਦਰ ਜੀ ਪੰਜਾਬ 'ਚ ਨਿਰੰਤਰ ਵੱਧਦੀਆਂ, ਔਰ ਪਤਾ ਨਹੀਂ ਇਹ ਗੱਲ ਇੱਕ ਗੱਲ ਹੋਰ ਆਪਾਂ ਕਰਦੇ ਸੁਖਵਿੰਦਰ ਜੀ, ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਖਾਸ ਤੌਰ 'ਤੇ ਉਦੋਂ ਹੀ ਹੁੰਦੀਆਂ ਨੇ ਜਦੋਂ ਕਿਤੇ ਚੋਣਾਂ ਦਾ ਮਾਹੌਲ ਜਿਹੜਾ ਜਿਮਨੀ ਚੋਣਾਂ ਦਾ ਜਾਂ ਆਮ ਚੋਣਾਂ ਦਾ ਮਾਹੌਲ ਹੁੰਦਾ, ਇਹੋ ਜਿਹੀਆਂ ਉਹ ਸਮੇਂ 'ਚ ਹੋਣਗੀਆਂ। ਪਰ ਜਿਸ ਤਰੀਕੇ ਨਾਲ ਕੱਲ੍ਹ ਇਹ ਘਟਨਾ ਹੋਈ ਹੈ, ਇਹਦੇ ਨਾਲ ਰੌਂਗਟੇ ਸੁਖਵਿੰਦਰ ਜੀ ਜ਼ਰੂਰ ਖੜੇ ਹੋ ਗਏ ਕਿ ਬੰਦਾ
ਇੰਨੀ ਬੇਬਾਕੀ ਇੰਨੀ ਨਿਰਦਰਤਾ ਦੇ ਨਾਲ ਅੰਦਰ ਜਾਂਦਾ, ਇਸ ਤਰ੍ਹਾਂ ਕਾਰਵਾਈ ਬਾਹਰ ਕਰਕੇ ਆ ਜਾਂਦਾ। ਤਾਂ ਸਰਕਾਰ ਨੂੰ ਚਾਹੀਦਾ ਕਿ ਇਹ ਜਿਹੀਆਂ ਘਟਨਾਵਾਂ ਭਵਿੱਖ ਵਿੱਚ ਨਾ ਹੋਣ, ਉਸ ਬੰਦੇ ਨੂੰ ਮਿਸਾਲੀ ਸਜ਼ਾ ਜਿਹੜੀ ਹੈ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ ਔਰ ਦੇਣੀ ਚਾਹੀਦੀ, ਬਣਦੀ ਵੀ ਆ। ਹਾਲਾਂਕਿ ਪੁਲਿਸ ਨੇ ਉਸ ਦੇ ਖਿਲਾਫ਼ 307 ਦਾ ਮੁਕੱਦਮਾ ਜਿਹੜਾ ਇੱਕ ਉਹ ਵੀ ਦਰਜ ਕੀਤਾ, 295, ਇਹ ਤਾਂ ਮੇਰਾ ਖਿਆਲ ਉਹ ਲੱਗੇਗੀ ਲੱਗੇਗੀ। ਸੋ ਸਜ਼ਾਵਾਂ ਕਾਨੂੰਨ ਦੇ ਅਨੁਸਾਰ ਕਾਫ਼ੀ ਜਿਹੜੀਆਂ ਸਖ਼ਤ ਧਾਰਾਵਾਂ ਜਿਹੜੀਆਂ ਲਾ ਦਿੱਤੀਆਂ ਗਈਆਂ ਨੇ। ਬਾਕੀ ਸੁਖਵਿੰਦਰ ਜੀ, ਜਿਹੜਾ ਦੂਜਾ ਇਸ ਪ੍ਰਸ਼ਨ ਦਾ ਦੂਜਾ ਪੱਖ ਆ, ਉਹ ਬੜਾ ਮਹੱਤਵਪੂਰਨ ਆ ਕਿ ਅਸੀਂ ਇੱਕ ਜੰਗਲ ਰਾਜ ਨੂੰ ਤਰਜੀਹ ਦੇ ਰਹੇ ਕਿ ਉਸ ਵਿਅਕਤੀ ਦਾ ਪਰਿਵਾਰ ਦੇ ਜੀਆਂ ਦਾ ਕੋਈ ਉਸ ਰੋਲ ਵਿੱਚ ਕੋਈ ਵੀ ਭੂਮਿਕਾ ਹੈ ਜਾਂ ਨਹੀਂ ਹੈ, ਉਹ ਜੇ ਸਿੱਧ ਨਹੀਂ ਕਰਦੀ। ਜਦੋਂ ਉਸ ਵਿਅਕਤੀ ਨੂੰ ਫੜ ਕੇ ਪੁਲਿਸ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ, ਫਿਰ ਉਸ ਦੇ ਘਰ ਦੀ ਤੋੜ ਭੰਨ ਜਿਹੜੀ ਹੈ ਕਿਸੇ ਵੀ ਤਰੀਕੇ ਦੇ ਪੱਖ ਤੋਂ ਸੁਖਵਿੰਦਰ ਜੀ ਜਾਇਜ਼ ਜਿਹੜੀ ਆ ਉਹ ਨਹੀਂ ਠਹਿਰਾਈ ਜਾ ਸਕਦੀ। ਹਾਲਾਂਕਿ ਉਸ ਬੰਦੇ ਵੀ ਬਹੁਤ ਹੋਈ, ਠੀਕ ਹੈ, ਇਸ ਤੋਂ ਪਰਿਵਾਰ ਦੇ ਵਾਸਤੇ ਇਸ ਤੋਂ ਮੰਦਭਾਗੀ ਗੱਲ ਕੋਈ ਨਹੀਂ ਹੋ ਸਕਦੀ ਕਿ ਇਹੋ ਜਿਹਾ ਵਿਅਕਤੀ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਸਕਦਾ, ਇਹੋ ਜਿਹਾ ਵਿਅਕਤੀ ਉਹਨਾਂ ਦੇ ਘਰ ਦੇ ਵਿੱਚ ਜੰਮਿਆ ਇਹੋ ਜਿਹਾ ਦੁਸ਼ਟ ਵਿਅਕਤੀ। ਇਸ ਤੋਂ ਵੱਡੀ ਵੀ ਸਜ਼ਾ ਉਹਨਾਂ ਲੋਕਾਂ ਦੇ ਲਈ, ਵਿਚਾਰਿਆਂ ਦੇ ਲਈ ਕੁੱਝ ਨਹੀਂ, ਕਿਉਂਕਿ ਇਹੋ ਜਿਹੇ ਬੱਚੇ ਨੂੰ ਕੋਈ ਵੀ ਆਪਣੇ ਘਰ ਦੇ ਵਿੱਚ ਜਦੋਂ ਪੈਦਾ ਹੁੰਦਾ ਕੋਈ ਸੋਚਦਾ ਨਹੀਂ ਕਿ ਇਹੋ ਜਿਹਾ ਦੁਸ਼ਟ ਕੰਮ ਜਿਹੜਾ ਉਹ ਕਰੇ। ਪਰ ਇੱਕ ਤਾਂ ਇਸ ਪੱਖ ਤੋਂ ਵੀ ਦੁਖੀ ਹੋ ਸਕਦੇ ਆ ਵੀ ਕਿ ਸਾਡੇ ਬੱਚੇ ਨੇ ਕੀਤਾ ਕੀ, ਸਾਡੇ ਪਰਿਵਾਰ ਦੇ ਜੀ ਨੇ ਕੀਤਾ ਕੀ। ਦੂਜੇ ਪਾਸੇ ਜਦੋਂ ਇਹੋ ਜਿਹੀ ਗੱਲ ਹੈ ਦਰਵਾਜ਼ਿਆਂ ਤੋਂ ਲੈ ਕੇ ਜਿਹੜਾ ਭੰਨ ਤੋੜ ਰਸੋਈ ਤੱਕ, ਉਹ ਚੀਜ਼ ਤੋਂ ਬਾਅਦ ਬੇਸ਼ੱਕ ਠੀਕ ਹੈ ਹਿਰਦੇ ਬਲੂੰਦਰੇ ਗਏ ਆਪਾਂ ਕਹਿੰਦੇ ਹਾਂ, ਸਾਰਾ ਕੁਝ ਆਪਾਂ ਕਹਿੰਦੇ ਹਾਂ, ਪਰ ਫਿਰ ਵੀ ਕਿਤੇ ਨਾ ਕਿਤੇ ਸੋਚਣ ਦੀ ਜ਼ਰੂਰਤ ਹੈ। ਸੁਖਵਿੰਦਰ ਜੀ, ਦੇਖੋ ਉਸ ਪਰਿਵਾਰ ਨੇ ਹੁਣ ਤਿਲ ਤਿਲ ਕਰਕੇ ਰੋਜ਼ ਮਰਨਾ ਲੋਕਾਂ ਦੇ ਵਿੱਚ, ਸਮਾਜ ਦੇ ਵਿੱਚ ਤੇ ਆਪਣੇ ਪੱਧਰ ਤੇ ਬੜੀ ਸੋਹਣੀ ਗੱਲ ਕੀਤੀ ਕਿ ਉਹ ਲੋਕ ਸੋਚਣਗੇ ਕਿ ਕਿਹੋ ਜਿਹਾ ਜੀ ਸਾਡੇ ਘਰ ਦੇ ਵਿੱਚ ਜਨਮ ਲੈ ਲਿਆ। ਜਦੋਂ ਉਹ ਪਰਿਵਾਰ ਸੜਕਾਂ ਤੇ ਬਾਹਰ ਜਾਏਗਾ ਜਨ ਸਾਧਾਰਨ ਦਾ ਸਮਾਜਿਕ ਸੰਪਰਕ, ਤਾਂ ਕਿਹੋ ਜਿਹੇ ਤਾਨੇ ਮਿਹਣਿਆਂ ਦਾ ਉਹਨਾਂ ਨੂੰ ਸ਼ਿਕਾਰ ਪੈਣਾ ਹੋਣਾ ਪਏਗਾ। ਉਹਨਾਂ ਦੀ ਮਨੋਸਥਿਤੀ ਕੇਵਲ ਤੇ ਕੇਵਲ ਉਹ ਪਰਿਵਾਰ ਖੁਦ ਹੀ ਜਾਣਦਾ ਆ, ਕਿਉਂਕਿ ਇੱਕ ਵਿਅਕਤੀ ਦੀ ਅਜਿਹੀ ਘਟਨਾ ਕਰਨ ਦੇ ਨਾਲ ਉਹਨਾਂ ਸਾਰਿਆਂ ਦਾ ਜਿਹੜਾ ਭਵਿੱਖ ਆ, ਸੁਖਵਿੰਦਰ ਜੀ, ਬੜਾ ਹੋਰ ਤਰੀਕੇ ਦਾ, ਉਸ ਪਰਿਵਾਰ ਦੀ ਮੈਂ ਗੱਲ ਕਰ ਰਿਹਾ, ਹੋ ਜਾਂਦਾ। ਸੋ ਲੋਕਾਂ ਨੂੰ ਚਾਹੀਦਾ ਕਿ ਠੀਕ ਹੈ, ਜਿਹੜਾ ਸੰਬੰਧਿਤ ਵਿਅਕਤੀ ਹੈਗਾ ਉਹਨੂੰ ਸਜ਼ਾ ਜਿਹੜੀ ਜ਼ਰੂਰ ਮਿਲੇ, ਕਾਨੂੰਨ ਦੇ ਅਨੁਸਾਰ ਜੋ ਸਖ਼ਤ ਤੋਂ ਸਖ਼ਤ ਸਜ਼ਾ ਜਿਹੜੀ ਆ ਉਸਨੂੰ ਜ਼ਰੂਰ ਦਿੱਤੀ ਜਾਣੀ ਚਾਹੀਦੀ ਆ। ਪਰ ਹਾਂ, ਤਾਲਿਬਾਨ ਰੂਲ ਜਿਹੜਾ ਕਾਨੂੰਨ ਕਿਸੇ ਵੀ ਸੂਰਤ ਵਿੱਚ ਸੁਖਵਿੰਦਰ ਜੀ ਕਿਸੇ ਵੀ ਧਿਰ ਨਾਲ ਜਾਇਜ਼ ਜਿਹੜਾ ਉਹਨੂੰ ਜਾਇਜ਼ ਜਿਹੜਾ ਨਹੀਂ ਖਰਾ ਸਕਦੇ, ਉਸ ਦੇ ਖਿਲਾਫ਼ ਜਿਹੜੀ ਆ ਕਾਰਵਾਈ ਜਿਹੜੀ ਜ਼ਰੂਰ ਹੋਣੀ ਚਾਹੀਦੀ। ਜਿਹੜੀ ਔਰ ਇਹੋ ਜਿਹੇ ਕੰਮ ਕਰਨ ਵਾਲੇ ਦੁਸ਼ਟ ਲੋਕਾਂ ਨੂੰ ਦੇਖ ਲੈਣਾ ਚਾਹੀਦਾ ਕਿ ਜਿੱਥੇ ਉਹ ਤਾਂ ਸਜ਼ਾ ਇਹੋ ਜਿਹੇ ਕੰਮ ਤੋਂ ਬਾਅਦ ਭੁਗਤਦੇ ਹੀ ਭੁਗਤਦੇ ਆ, ਤੇ ਉਹਨਾਂ ਦੇ ਪਰਿਵਾਰ ਨੂੰ ਕਿਸ ਤਰੀਕੇ ਦੇ ਨਾਲ ਭੁਗਤਣੀਆਂ ਪੈਂਦੀਆਂ, ਉਹ ਵੀ ਇੱਕ ਚੀਜ਼ ਜਿਹੜੀ ਆ ਦੇਖ ਲੈਣ। ਤਾਂ ਘੱਟੋ ਘੱਟ ਆਪਣੇ ਲਈ ਨਹੀਂ ਤਾਂ ਸਗੋਂ ਦੀ ਪਰਿਵਾਰ ਦੇ ਲਈ ਸੋਚ ਲੈਣ ਕਿ ਬਾਅਦ ਦੇ ਵਿੱਚ ਹੁੰਦਾ ਕੀ। ਅਣਖ ਸਾਹਿਬ, ਆਖਰੀ ਖਬਰ ਲਊਂਗਾ ਕਿ ਅੰਮ੍ਰਿਤਪਾਲ ਸਿੰਘ ਨਾਲ ਸੰਬੰਧਿਤ ਕਹਿੰਦੇ ਕੇਂਦਰ ਨੂੰ ਰਿਪੋਰਟ ਭੇਜੀ ਗਈ ਆ ਪੰਜਾਬ ਸਰਕਾਰ ਦੇ ਵੱਲੋਂ, ਤੇ ਕਹਿੰਦੇ ਉਹਦੇ ਵਿੱਚ ਪਾਕਿਸਤਾਨ ਦੇ ਨਾਲ ਕਨੈਕਸ਼ਨ ਜੁੜੇ ਗੱਲ ਕਹਿੰਦੇ ਸਾਹਮਣੇ ਲਿਖ ਕੇ ਭੇਜੀ ਗਈ ਹੈ, ਸਾਹਮਣੇ ਆਉਣ ਦੀ ਗੱਲ ਕਹੀ ਗਈ ਉਸ ਰਿਪੋਰਟ ਦੇ ਵਿੱਚ। ਹਾਲਾਂਕਿ ਅਸੀਂ ਨੀ ਇਹ ਰਿਪੋਰਟ ਦੱਸ ਰਹੀ ਹੈ, ਔਰ ਕਹਿੰਦੇ ਕਿ ਕੁੱਝ ਮਦਦਗਾਰਾਂ ਦੇ ਔਰ ਵਿਦੇਸ਼ਾਂ ਤੋਂ ਫੰਡਿੰਗ ਕਰਨ ਵਾਲਿਆਂ ਦੇ ਵੀ ਨਾਮ ਉਸ ਰਿਪੋਰਟ ਦੇ ਵਿੱਚ ਲਿਖ ਕੇ ਭੇਜੇ ਗਏ ਆ। ਕਿਵੇਂ ਦੇਖਦੇ ਹੋ ਇਹ, ਕਿੱਧਰ ਨੂੰ ਜਾਂਚ ਜਿਹੜੀ ਚੱਲ ਪਈ? ਸੁਖਵਿੰਦਰ ਜੀ, ਜਦੋਂ ਇਹ ਆਪਰੇਸ਼ਨ ਸ਼ੁਰੂ ਹੋਇਆ ਸੀ ਉਸ ਵਕਤ ਤੁਹਾਨੂੰ ਯਾਦ ਹੋਇਆ ਕਿ ਭਾਰਤ ਦੇ ਜਿਹੜੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਨੇ, ਉਹਨਾਂ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਰਲ ਕੇ ਇਹ ਜਿਹੜਾ ਆਪਰੇਸ਼ਨ ਅੰਮ੍ਰਿਤਪਾਲ ਜਿਹੜਾ ਸ਼ੁਰੂ ਕੀਤਾ ਹੈ। ਤਾਂ 31 ਆ ਦਿਨ ਇਹ ਆਪਰੇਸ਼ਨ ਜਿਹੜਾ ਉਹ ਚੱਲਿਆ, ਜਾਂ 34 ਜਾਂ 35 ਦਿਨ ਜਿਹੜਾ ਆਪਰੇਸ਼ਨ ਚੱਲਿਆ, ਤਾਂ ਉਸ ਆਪਰੇਸ਼ਨ ਦੇ ਦਰਮਿਆਨ ਸੁਖਵਿੰਦਰ ਜੀ ਜਿੱਥੇ ਪੰਜਾਬ ਪੁਲਿਸ ਦੀ ਜਿਹੜੀਆਂ ਗਤੀਵਿਧੀਆਂ ਸੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਾਲ ਸਨ, ਉੱਥੇ ਨਾਲ ਹੀ ਨਾਲ ਜਿਹੜੀ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨਾਲ ਸੰਬੰਧਿਤ ਲੋਕਾਂ, ਉਹਨਾਂ ਨੂੰ ਵਿਦੇਸ਼ਾਂ ਤੋਂ ਮਿਲਦੀ ਫੰਡਿੰਗ ਔਰ ਵਿਦੇਸ਼ਾਂ ਦੇ ਵਿੱਚ ਉਹਦੇ ਸੰਪਰਕਾਂ ਨੂੰ ਖੰਗਾਲਣ ਦਾ ਜਿਹੜਾ ਕੰਮ ਆ ਉਹ ਬੜਾ ਬਰੀਕੀ ਨਾਲ ਕੀਤਾ। ਕਦੇ ਕਿਉਂ ਕੋਈ ਵਿਅਕਤੀ ਜਿਸ ਤਰ੍ਹਾਂ ਜੋਗਾ ਸਿੰਘ ਜਾਂ ਹੋਰ ਬੰਦੇ ਵੱਖ ਵੱਖ ਥਾਵਾਂ ਤੋਂ ਫੜੇ ਤੇ ਅਖੀਰ ਤੇ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਹਿਰਾਸਤ ਵਿੱਚ ਆਉਂਦਾ, ਤਾਂ ਇਹਨਾਂ 31 ਜਾਂ 32 ਦਿਨਾਂ 'ਚ ਪੁਲਿਸ ਨੇ ਸੁਖਵਿੰਦਰ ਜੀ ਆਪਣਾ ਹੋਮਵਰਕ ਜਿਹੜਾ ਪੂਰਨ ਤੌਰ ਤੇ ਕਹਿੰਦੇ ਨੇ ਕਿ ਬੜੀ ਬਰੀਕੀ ਨਾਲ ਕੀਤਾ ਤੇ ਪੂਰੇ ਸੰਬੰਧ ਉਹ ਖੰਗਾਲਿਆ ਕਿ ਅੰਮ੍ਰਿਤਪਾਲ ਸਿੰਘ ਜਾਂ ਉਹਦੇ ਬੰਦਿਆਂ ਨੂੰ ਕਿੱਥੋਂ ਕਿੱਥੋਂ ਜਿਹੜਾ ਸਹਾਇਤਾ ਜਿਹੜੀ ਵਿਦੇਸ਼ੀ ਸਹਾਇਤਾ ਮਿਲਦੀ ਰਹੀ, ਕਿਹੜੇ ਕਿਹੜੇ ਬੰਦੇ ਮਦਦਗਾਰ ਹੋਏ ਜਾਂ ਕਿਹੜੇ ਬੰਦਿਆਂ ਦੀ ਸਹਾਇਤਾ ਦਾ ਨੋਟ ਇੰਨੇ ਤਰੀਕ ਦਾ ਵਿਚਰਦਾ ਰਿਹਾ। ਤਾਂ ਹੁਣ ਉਹ ਰਿਪੋਰਟ ਕੁਦਰਤੀ ਤੌਰ ਤੇ ਜੇਕਰ ਕੇਂਦਰ ਸਰਕਾਰ ਇਸ ਸਾਰੇ ਮਸਲੇ 'ਚ ਇਨਵੋਲਵ ਸੀ, ਤਾਂ ਉਹਨਾਂ ਨੇ ਉਹ ਰਿਪੋਰਟ ਜਿਹੜੀਆਂ ਕੇਂਦਰ ਦੇ ਅਧੀਨ ਏਜੰਸੀਆਂ ਨੇ ਉਹਨਾਂ ਨੇ ਉਹ ਰਿਪੋਰਟ ਮੰਗੀ ਹੈ ਤੇ ਪੰਜਾਬ ਸਰਕਾਰ ਨੇ ਉਹ ਰਿਪੋਰਟ ਜਿਹੜੀ ਭੇਜੀ ਵੀ ਆ। ਤਾਂ ਉਸ ਰਿਪੋਰਟ ਦੇ ਵਿੱਚ ਸੁਖਵਿੰਦਰ ਜੀ, ਹੁਣ ਕੇਂਦਰ ਦਾ ਏਜੰਸੀ ਜਿਹੜੀਆਂ ਨੇ ਕੇਂਦਰੀ ਏਜੰਸੀਆਂ ਹੁਣ ਉਸ ਪੱਖ ਦੀ ਜਾਂਚ ਕਰਨਗੀਆਂ ਕਿ ਇਹਦੇ ਪਿੱਛੇ ਅਸਲ ਤਾਣਾ ਬਾਣਾ ਵਿਦੇਸ਼ਾਂ 'ਚ ਬੈਠੇ ਲੋਕਾਂ ਦਾ ਸੀ
ਜਾਂ ਪੰਜਾਬ ਦੇ ਅੰਦਰ ਕੋਈ ਇਹੋ ਜਿਹੀ ਮੂਵਮੈਂਟ ਖਾਲਿਸਤਾਨੀ ਮੂਵਮੈਂਟ ਦੁਬਾਰਾ ਸ਼ੁਰੂ ਹੋਣ ਦੇ ਆਸਾਰ ਨਹੀਂ ਜਿਹਨੂੰ ਬਾਹਰੋਂ ਫੰਡਿੰਗ ਕੀਤੀ ਜਾ ਰਹੀ ਆ। ਸੋ ਕਿਉਂਕਿ ਪੰਜਾਬ ਪੁਲਿਸ ਵਿਦੇਸ਼ੀ ਦੇ ਪੱਧਰ ਦੇ ਉੱਤੇ ਤਾਂ ਸੁਖਵਿੰਦਰ ਜੀ ਉਹ ਕਾਰਵਾਈ ਨਹੀਂ ਕਰ ਸਕਦੀ ਜੋ ਕੇਂਦਰ ਦੇ ਕਰਦੀ ਹੁੰਦੀ ਆ। ਸੋ ਇਸ ਆਧਾਰ ਤੇ ਹੀ ਜਿਹੜਾ ਹੁਣ ਕੇਂਦਰ ਏਜੰਸੀਆਂ ਜਿਹੜੀਆਂ ਨੇ ਉਹ ਅੱਗੇ ਆ ਰਹੀਆਂ ਤੇ ਇਸ ਮਸਲੇ ਦੀ ਜਾਂਚ ਵੱਲ ਉਹਨਾਂ ਨੇ ਪੰਜਾਬ ਸਰਕਾਰ ਤੋਂ ਜਿਹੜੀ ਰਿਪੋਰਟ ਮੰਗੀ ਆ ਤਾਂ ਉਹ ਰਿਪੋਰਟ ਪੰਜਾਬ ਸਰਕਾਰ ਦੇ ਭੇਜੀ ਜੀ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਉਹਨਾਂ ਦੇ ਵੱਲੋਂ ਇਹਨਾਂ ਅਹਿਮ ਖ਼ਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਪਸੰਦ ਆਈ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।